ਅੰਮ੍ਰਿਤਪਾਲ ਦਾ ਜਿੱਤਣਾ ਖਤਰੇ ਵਾਲੀ ਗੱਲ ਹੈ। ਕਾਂਗਰਸ ਜਿਹੜੀ ਗਾਂਧੀ ਪਰਿਵਾਰ ਤੋਂ ਬਿਨਾਂ ਨਹੀਂ ਚੱਲ ਸਕਦਾ, ਅਕਾਲੀ ਦਲ ਜਿਹੜਾ ਉਹ ਬਾਦਲ ਪਰਿਵਾਰ ਤੋਂ ਬਿਨਾਂ ਨਹੀਂ ਨਿਕਲ ਸਕਦਾ। ਬੜਾ ਰਿਲੀਫ ਮਹਿਸੂਸ ਕਰਨਗੇ ਤੁਹਾਡੇ ਬਿਆਨ ਨੂੰ ਸੁਣ ਕੇ ਸੁਖਬੀਰ ਬਾਦਲ। ਇਹ ਬਿੱਟੂ ਆਪ ਸਾਨੂੰ ਕਹਿੰਦਾ ਹੁੰਦਾ ਸੀ, ਕਹਿੰਦਾ ਹੁੰਦਾ ਸੀ ਹਰਸਿਮਰਤ ਕੌਰ ਬਾਦਲ ਨੂੰ ਕਦੇ ਚਾਰ ਚਟਣੀਆਂ ਵਾਲੀ ਮੰਤਰੀ ਆ, ਅਤੇ ਇਹ ਹੁਣ ਆਪ ਨਾਲ ਸੌਸ ਵੀ ਲੈ ਕੇ ਆਏਗਾ। ਦਲ ਬਦਲੀ ਇਹਨੇ ਕੀਤੀ, ਪਰ ਇਹਨੂੰ ਰਿਵਾਰਡ ਬਹੁਤ ਦੇ ਦਿੱਤਾ ਬੀਜੇਪੀ ਨੇ, ਅਤੇ ਇਹ ਇੱਕ ਬ੍ਰਾਈਬ ਹੈ ਇੱਕ ਕਿਸਮ ਦੀ। ਜੋ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਹੋਇਆ, ਸੁਖਜਿੰਦਰ ਸਿੰਘ ਰੰਧਾਵਾ ਉਸ ਬਾਰੇ ਕੀ ਸੋਚ? ਅੱਛਾ, ਏਅਰਪੋਰਟ ਤੋਂ ਬਾਹਰ ਥੱਪੜ ਪੈ ਜਾਂਦਾ, ਤੁਹਾਨੂੰ ਲੱਗਦਾ ਠੀਕ ਸੀ? ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਬੇਹੱਦ ਦਿਲਚਸਪ ਸੀ, ਤਾਂ ਪੰਜਾਬ ਦੇ ਵਿੱਚ ਸ਼ਾਇਦ ਉਸ ਤੋਂ ਵੀ ਜ਼ਿਆਦਾ ਦਿਲਚਸਪ ਸੀ। ਚੋਣਾਂ ਦੇ ਦੌਰਾਨ ਨਿਊਜ਼ 18 ਪੰਜਾਬ ਹਰਿਆਣਾ ਇੱਕ ਸ਼ੋਅ ਲੈ ਕੇ ਆਇਆ, ਨਿਊਜ਼ ਰੂਮ ਕਟਹਿਰਾ, ਅਤੇ ਅਸੀਂ ਉਸ ਸ਼ੋਅ ਨੂੰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀ ਅੱਗੇ ਵਧਾ ਰਹੇ ਹਾਂ। ਉਸਦੀ ਵਜ੍ਹਾ ਇੱਕ ਇਹ ਵੀ ਹੈ, ਚੋਣਾਂ ਦੇ ਨਤੀਜਿਆਂ ਦੇ ਵਿਚਾਰੇ ਦਿਲਚਸਪੀ, ਅਤੇ ਇਸ ਦੇ ਨਾਲ ਨਾਲ ਕਿ ਪੰਜਾਬ 'ਚ ਅਗਲੇ ਕੁਝ ਮਹੀਨੇ ਜਾਂ ਸਾਲ ਆਪਾਂ ਨੂੰ ਚੋਣਾਂ ਵਾਲਾ ਮਾਹੌਲ ਹੀ ਦੇਖਣ ਨੂੰ ਮਿਲ ਸਕਦਾ, ਉਹ ਚਾਹੇ ਜ਼ਿਮਨੀ ਚੋਣਾਂ ਦੇ ਜ਼ਰੀਏ ਆਵੇ, ਪੰਚਾਇਤੀ ਚੋਣਾਂ ਦੇ ਜ਼ਰੀਏ ਆਵੇ, ਜਾਂ ਫਿਰ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਉਸ ਦੇ ਜ਼ਰੀਏ ਆਵੇ। ਅੱਜ ਅਸੀਂ ਬੁਲਾਵਾਂਗੇ ਪੰਜਾਬ ਦੇ ਇੱਕ ਕੱਦਾਵਰ ਆਗੂ ਨੂੰ, ਜਿਨ੍ਹਾਂ ਨੇ ਮਾਝੇ ਦੇ ਵਿੱਚ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਨੇ ਕਾਂਗਰਸ ਦੀ ਝੋਲੀ ਦੇ ਵਿੱਚ ਸੀਟ ਪਾਈ, ਬਹੁਤ ਫਸਮੀ ਟੱਕਰ ਜਿਸ ਨੂੰ ਕਿਹਾ ਜਾ ਰਿਹਾ ਸੀ, ਪਰ ਇੱਕ ਵੱਡੀ ਲੀਡ ਦੇ ਨਾਲ ਉਹ ਜਿੱਤੇ ਨੇ। ਅਸੀਂ ਬੁਲਾਉਣ ਜਾ ਰਹੇ ਹਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਚੋਣ ਜਿੱਤਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਨੂੰ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਰੰਧਾਵਾ ਸਾਹਿਬ ਦਾ, ਨਿਊਜ਼ 18 ਪੰਜਾਬ ਦੇ ਇਸ ਖਾਸ ਸ਼ੋਅ ਨਿਊਜ਼ ਰੂਮ ਕਟਹਿਰਾ ਦੇ ਵਿੱਚ। ਸਰ ਸਵਾਗਤ ਹੈ, ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ। ਰੰਧਾਵਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਕੋਸ਼ਿਸ਼ ਕਰਾਂਗਾ ਕਿ ਚੋਣਾਂ ਤੋਂ ਪਹਿਲਾਂ ਵਾਲੀ ਹਾਲਾਤ ਜਾਂ ਚੋਣਾਂ ਤੋਂ ਬਾਅਦ ਵਾਲੇ ਹਾਲਾਤ ਦੋਵਾਂ ਦੇ ਉੱਤੇ ਗੱਲਬਾਤ ਹੋ ਸਕੇ। ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ, ਮੈਂ ਸ਼ੁਰੂਆਤ ਕਰਾਂ, ਮੈਨੂੰ ਲੱਗਦਾ ਕਿ ਇੱਥੇ ਚਰਚਾ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਦੋਂ ਅਸੀਂ ਚੋਣਾਂ ਤੋਂ ਪਹਿਲਾਂ ਕਟਹਿਰਾ ਸ਼ੁਰੂ ਕੀਤਾ ਸੀ ਇਹ ਪ੍ਰੋਗਰਾਮ, ਉਸ ਸਮੇਂ ਵੀ ਤੁਸੀਂ ਸਾਡੇ ਪਹਿਲੇ ਗੈਸਟ ਸੀ, ਅਸੀਂ ਚੋਣਾਂ ਤੋਂ ਬਾਅਦ ਸ਼ੁਰੂ ਕਰ ਰਹੇ ਹੋ, ਤੁਸੀਂ ਅੱਜ ਵੀ ਸਾਡੇ ਪਹਿਲੇ ਗੈਸਟ ਹੋ, ਮਤਲਬ ਦੋਵੇਂ ਵਾਰੇ ਅਸੀਂ ਬੋਣੀ ਤੁਹਾਡੇ ਤੋਂ ਕਰ ਰਹੇ ਹਾਂ। ਤੋ ਵਾਕਈ ਤੁਸੀਂ ਵੀ ਕੀਤੀ ਤਾਂ ਬੋਣੀ ਮੇਰੀ ਵੀ ਹੋ ਗਈ, ਕਿਉਂਕਿ ਤੁਹਾਡੇ ਕਰਕੇ ਗਿਆ ਅਤੇ ਕਟਹਿਰੇ 'ਚੋਂ ਬਾਹਰ ਨਿਕਲ ਗਿਆ ਕਿ ਲੋਕਾਂ ਨੇ ਜਿਤਾ ਕੇ ਭੇਜਿਆ, ਅਤੇ ਅੱਜ ਫਿਰ ਕਟਹਿਰੇ 'ਚ ਬੈਠੇ ਹਾਂ ਕਿ ਜਿੱਤ ਤੋਂ ਬਾਅਦ ਕਿ ਲੋਕਾਂ ਦੇ ਨਾਲ ਕਿ ਜੋ ਵਾਅਦੇ ਕੀਤੇ ਜਾਂ ਜੋ ਲੋਕਾਂ ਦੇ ਕੰਮ ਨੇ ਜਾਂ ਲੋਕਾਂ ਦੀਆਂ ਡਿਮਾਂਡਸ ਨੇ ਜੀ, ਉਹਨਾਂ ਬਾਰੇ ਕਿਵੇਂ ਕਰਨਾ। ਜਿਹੜਾ ਐਮ ਪੀ ਬਣਨਾ, ਐਮ ਐਲ ਏ ਬਣਨਾ, ਇਹ ਸਾਨੂੰ ਉੱਪਰ ਉੱਠਣਾ ਪਏਗਾ। ਜਿਹੜੀ ਅਸੀਂ ਪੱਟੀ ਇਹਦੇ ਪੋਲੀਟਿਕਸ 'ਚ ਪੈ ਜਾਂਦੇ ਹਾਂ ਕਿ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰਦੇ ਆ, ਉਹਦੇ 'ਚ ਮੇਰੇ ਖਿਆਲ 'ਚ ਕਿ ਸਾਨੂੰ ਇਸ਼ੂ ਬੇਸਡ ਔਰ ਸਟੇਟ ਦੀ ਜਿਹੜੀ ਬੈਨੀਫਿਟ ਨੇ ਉਹਨਾਂ ਲਈ ਗੱਲ ਕਰਨੀ ਚਾਹੀਦੀ ਹੈ, ਜਿਹੜੇ ਉਹਦੇ ਲਈ ਸਟੇਟ ਲਈ ਇਕੱਠਿਆਂ ਲੜਾਈ ਲੜਨੀ ਪਏਗੀ, ਫਿਰ ਅੱਗੇ ਚੱਲਾਂਗੇ। ਅਦਰਵਾਈਜ਼ ਐਮ ਪੀ ਬਣ ਗਏ, ਇੱਕ ਦੂਜੇ ਨੂੰ ਗਾਲਾਂ ਕੱਢ ਕੇ ਘਰ ਵਾਪਸ ਆ ਗਏ, ਕੋਈ ਫਾਇਦਾ ਨਹੀਂ ਪੰਜਾਬ ਦਾ, ਤਾਂ ਕੋਈ ਹੁੰਦਾ ਤਾਂ ਐਵੇਂ ਹੀ ਹੈ। ਮੈਂ ਸਵਾਲਾਂ ਦਾ ਜ਼ਿਕਰ ਕਰਾਂ, ਤੁਸੀਂ ਕਿਹਾ ਕਿ ਲੋਕਾਂ ਨੇ ਮੈਨੂੰ ਕਟਹਿਰੇ 'ਚੋਂ ਕੱਢ ਦਿੱਤਾ, ਮੈਂ ਬਾਕੀ ਸਵਾਲ ਲੈ ਕੇ ਆਵਾਂ, ਪਰ ਕੀ ਕਾਂਗਰਸ ਨੂੰ ਸਵਾਲਾਂ ਦੇ ਕਟਹਿਰੇ 'ਚੋਂ ਲੋਕਾਂ ਨੇ ਬਾਹਰ ਕੱਢ ਦਿੱਤਾ? ਨਹੀਂ, ਬਿਲਕੁਲ ਨਹੀਂ, ਮੈਂ ਇਹਦੇ 'ਚ ਇਹ ਨਹੀਂ ਕਿਹਾ ਕਿ, ਮੈਂ ਕਿਹਾ ਕਿ ਤੁਹਾਡੇ ਕਟਹਿਰੇ 'ਚੋਂ ਜਿਹੜੀ, ਮੈਂ ਓਵਰਆਲ ਇੰਡੀਆ ਦਾ ਜ਼ਿਕਰ ਕਰ ਰਹੇ ਹਾਂ ਕਿ 99 ਸੀਟਾਂ ਦੇ ਨਾਲ ਤੁਹਾਨੂੰ ਲੱਗਦਾ ਕਿ ਕਾਂਗਰਸ ਜਿਹੜੀ ਪਰਫਾਰਮੈਂਸ ਨੂੰ ਲੈ ਕੇ ਕਟਹਿਰੇ 'ਚ ਸੀ ਉੱਥੋਂ ਬਾਹਰ ਆ ਗਈ? ਜੋ ਐਕਸਪੈਕਟੇਸ਼ਨ ਸੀਗੀਆਂ ਜੀ ਉਹਦੇ ਤੋਂ ਅਸੀਂ ਥੋੜ੍ਹੇ ਪਿੱਛੇ ਰਹਿ ਗਏ ਹਾਂ, ਪਰ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਇਹ ਵੀ ਨਹੀਂ ਸੀ ਕਿ ਕਾਂਗਰਸ ਸ਼ਾਇਦ ਇੱਥੇ ਤੱਕ ਪਹੁੰਚ ਜਾਵੇ ਜੀ। ਲੋਕਾਂ ਨੇ ਫੇਥ ਵੀ ਕੀਤਾ, ਔਰ ਜਿਸ ਤਰੀਕੇ ਦੇ ਨਾਲ ਯੂਪੀ 'ਚ ਜਾਂ ਹੋਰਨਾਂ ਸਟੇਟਾਂ 'ਚ, ਠੀਕ ਆ ਸਾਡੀ ਕਈ ਥਾਂ 'ਤੇ ਮੈਨੇਜਮੈਂਟ ਨਹੀਂ ਠੀਕ ਰਹੀ ਜੀ, ਜਾਂ ਅਸੀਂ ਟਿਕਟਾਂ 'ਚ ਡਿਸਟ੍ਰੀਬਿਊਸ਼ਨ ਠੀਕ ਨਹੀਂ ਕਰ ਸਕੇ, ਜਾਂ ਆਪਣੀ ਗਲਤੀ ਨਾਲ ਕਈ ਸੀਟਾਂ ਅਸੀਂ ਹਾਰ ਗਏ ਹਾਂ, ਉਹਦੇ 'ਚ 10-20-25 ਹੋਰ ਆ ਜਾਂਦੇ ਅਤੇ ਅਸੀਂ
ਗਵਰਨਮੈਂਟ ਦੇ ਨੇੜੇ ਪਹੁੰਚ ਗਏ ਸੀ। ਔਰ ਜਿਹੜੀ ਇਹ ਵੀ ਜਿਹੜੀ ਚੀਜ਼ ਆਉਣੀ ਹੈ ਕਿ ਰਾਹੁਲ ਗਾਂਧੀ ਦੇ ਦਿਮਾਗ 'ਚ ਕਦੀ ਨਹੀਂ ਆਈ ਜੀ ਕਿ ਮੈਂ ਸਰਕਾਰ ਬਣਾਉਣੀ, ਮੈਂ ਕੀ ਕਰਨਾ। ਉਹਦੇ ਦਿਮਾਗ 'ਚ ਹੈ ਕਿ ਆਪਣਾ ਦੇਸ਼ ਇਸ਼ੂ ਬੇਸਡ ਜਿਹੜੀਆਂ ਗੱਲਾਂ ਨੇ ਉਹਨਾਂ 'ਤੇ ਕਿਵੇਂ ਅੱਗੇ ਲੈ ਕੇ ਜਾਣਾ। ਤੁਸੀਂ ਕਹਿ ਰਹੇ ਹੋ ਕਿ ਦੇਸ਼ ਦੇ ਵਿੱਚ ਜਿੰਨੀ ਪਰਫਾਰਮੈਂਸ ਦੀ ਉਮੀਦ ਸੀ ਉਨੀ ਨਹੀਂ ਹੋਈ, ਕਿ ਪੰਜਾਬ ਦੇ ਵਿੱਚ ਹੋਈ? ਪੰਜਾਬ 'ਚ ਪਰਫਾਰਮੈਂਸ 2019 ਦੇ ਮੁਕਾਬਲੇ ਡਾਊਨ ਚਲੀ ਗਈ। ਇੱਕ ਸੀਟ ਸਾਡੀ ਡਾਊਨ ਗਈ ਹੈ ਅਤੇ ਦੋ ਜ਼ਿਆਦਾ ਆਉਣੀਆਂ ਚਾਹੀਦੀਆਂ ਸੀ। ਉਹਦੇ 'ਚ ਮੈਂ ਇਹੀ ਕਹਿਤਾ ਕਿ ਕਈ ਥਾਵਾਂ 'ਤੇ ਜਿਹੜੀ ਟਿਕਟਾਂ ਦੀ ਠੀਕ ਡਿਸਟ੍ਰੀਬਿਊਸ਼ਨ ਜਾਂ ਬੈਲੈਂਸ ਨਹੀਂ ਕਰ ਸਕੇ ਜੀ, ਉਹਦੇ ਕਰਕੇ ਹੋਇਆ। ਅਦਰਵਾਈਜ਼ ਅਸੀਂ ਇਹਦੇ ਤੋਂ ਹੋਰ ਵੀ ਪੰਜਾਬ 'ਚ ਹੋਰ ਜ਼ਿਆਦਾ ਵਧੀਆ ਬੈਟਰ ਪਰਫੋਰਮ ਕਰ ਸਕਦੇ। ਚਲੋ ਮੈਂ ਇੱਕ ਇੱਕ ਸੀਟ ਦੇ ਉੱਤੇ ਵੀ ਬਾਅਦ ਦੇ ਵਿੱਚ ਆਵਾਂਗਾ, ਪਰ ਪਹਿਲਾਂ ਮੈਂ ਤੁਹਾਡੀ ਸੀਟ ਦੇ ਉੱਪਰ ਜ਼ਿਕਰ ਕਰਦਾ ਕਿ ਤੁਹਾਡੀ ਆਪਣੀ ਸੀਟ ਦੇ ਉੱਤੇ ਤੁਹਾਡੀ ਖੁਦ ਦੀ ਪਰਫਾਰਮੈਂਸ ਤੁਹਾਨੂੰ ਲੱਗਦਾ ਕਿ ਹਾਂ ਉਹ ਸੈਟਿਸਫੈਕਟਰੀ ਹੈ? ਜਿੱਤ ਜਿਹੜੀ 80-82 ਹਜ਼ਾਰ ਦੇ ਨਾਲ ਹੋਈ ਤੁਹਾਡੀ, ਤੁਹਾਨੂੰ ਲੱਗਿਆ ਕਿ ਹਾਂ ਇੱਕ ਵੱਡੀ ਲੀਡ ਦੇ ਨਾਲ ਹੈ? ਮੈਂ ਇਸ ਕਰਕੇ ਸਵਾਲ ਕਰ ਰਿਹਾ ਕਿ ਉਹ ਪੈਰਲਰ ਪੰਜਾਬ ਦੇ ਵਿੱਚ ਇੱਕ ਪਾਸੇ ਚੰਨੀ ਸਾਹਿਬ ਜਿੱਤਦੇ ਨੇ ਕਰੀਬ 2.5 ਲੱਖ ਦੇ ਨਾਲ, ਇੱਕ ਪਾਸੇ ਅੰਮ੍ਰਿਤਪਾਲ ਕਰੀਬ ਕਰੀਬ 2 ਲੱਖ ਵੋਟਾਂ ਦੇ ਨਾਲ, ਖੁਦ ਦੀ ਪਰਫਾਰਮੈਂਸ ਨੂੰ ਗੁਰਦਾਸਪੁਰ ਦੇ ਵਿੱਚ ਕਿਵੇਂ ਤੁਸੀਂ ਦੇਖਦੇ ਹੋ? ਬਿਲਕੁਲ, ਜਿਹੜੀ ਗੁਰਦਾਸਪੁਰ ਦੀ ਸੀਟ ਦੀ ਜੇ ਗੱਲ ਕਰੀਏ, ਔਰ ਮੈਨੂੰ ਉੱਥੇ ਜਿਹੜਾ ਆਪ ਫਿਰ ਕੇ ਜੋ ਮੈਂ ਦੇਖਿਆ ਕਿ ਕਾਂਗਰਸ ਦੀ ਤਾਂ ਗੱਲ ਉੱਥੇ ਸੀ ਠੀਕ, ਕਿਉਂਕਿ 6 ਸਾਡੇ ਪਹਿਲਾਂ ਹੀ MLA ਸੀ ਜਿਹੜੇ ਜਦੋਂ ਤੁਹਾਡੇ ਚੈਨਲਾਂ 'ਤੇ ਜਾਂ ਹੋਰ ਕਿਤੇ ਕਰਦੇ ਸੀ, ਉਹ ਕਹਿੰਦੇ ਕਿ ਗੁਰਦਾਸਪੁਰ ਦੀ ਜਿਹੜੀ ਸੀਟ ਆ ਇਹ BJP ਦੀ ਆ ਜੀ, ਅਤੇ ਮੈਂ ਕਦੀ ਵੀ ਨਹੀਂ, ਉਦੋਂ ਵੀ ਤੁਹਾਡੇ ਸਾਹਮਣੇ ਮੈਂ ਇੱਥੇ ਕਹਿ ਗਿਆ ਕਿ ਮੈਂ ਜਿੱਤ ਕੇ ਆਵਾਂਗਾ। ਅਤੇ ਮੈਨੂੰ ਆਪਣੇ ਗੁਰਦਾਸਪੁਰੀਆਂ 'ਤੇ ਇਹ ਸੀਗਾ ਕਿ ਉਹ ਦੇਖਦੇ ਨੇ ਕਿ ਕੰਮ ਕਰਨ ਵਾਲਾ ਕੌਣ ਆ, ਆਪਣੇ ਸਟੈਂਡ 'ਤੇ ਕਿਹੜਾ ਖੜ੍ਹਾ ਹੁੰਦਾ ਜਿਹੜਾ ਲੋਕਾਂ ਦੇ ਨਾਲ ਖੜ੍ਹਾ ਹੋਵੇ। ਅਤੇ ਤੁਸੀਂ ਹੈਰਾਨ ਹੋਵੋਗੇ ਕਿ ਮੈਂ 10 ਦਿਨਾਂ 'ਚ ਮੈਂ ਆਪਣੇ 2 ਕੰਸਟੀਟੂਐਂਸੀਆਂ ਨੂੰ ਛੱਡ ਕੇ ਮੈਂ ਸਾਰੀਆਂ 'ਚ ਲੋਕਾਂ ਦਾ ਧੰਨਵਾਦ ਵੀ ਕਰ ਰਿਹਾ। ਅਤੇ ਮੋਰ ਓਵਰ ਜਿਹੜੀ ਆ ਉਹ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਵਰਕਰ ਆ ਨਾ ਜੀ, ਜੇ ਉਹ ਤੁਹਾਡੇ 'ਤੇ ਫੇਥ ਕਰ ਲਏ ਕੋਈ ਪਾਰਟੀ ਨਹੀਂ ਹਾਰ ਸਕਦੀ। ਮੇਰੇ ਨਾਲ ਮੇਰੇ ਉੱਥੋਂ ਦੇ ਵਰਕਰ ਅਤੇ ਲੀਡਰ ਜੀ, ਮੇਰੇ ਖਿਆਲ ਕਿ ਮੈਨੂੰ ਇੱਕ ਵੀ ਕਾਂਗਰਸ ਦਾ ਵਰਕਰ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਮੇਰੇ ਕੋਲ ਕਿਸੇ ਦੀ ਸ਼ਿਕਾਇਤ ਲਾਈ ਹੋਵੇ। ਅਤੇ ਮੈਂ ਇਹ ਜ਼ਰੂਰ ਉੱਥੇ ਲੋਕਾਂ ਨੂੰ ਕਿਹਾ ਕਿ ਇਹ ਸਾਨੂੰ ਰੀੜ੍ਹ ਦੀ ਹੱਡੀ ਕਹਿਣਾ ਬੰਦ ਕਰਕੇ ਤੁਹਾਨੂੰ ਕਹਿਣਾ ਚਾਹੀਦਾ ਕਿ ਵਰਕਰ ਜਿਹੜੇ ਸਾਡੀ ਜਿੰਦ ਜਾਨ ਨੇ ਜੀ, ਅਤੇ ਜੇ ਉਹਨਾਂ ਨੂੰ ਉਹਨਾਂ ਦੇ ਕਰਕੇ। ਦੂਸਰੀ ਚੀਜ਼ ਜਿਹੜੀ ਹੈ ਕਿ ਮੇਰੇ ਫਾਦਰ ਦਾ ਬਹੁਤ ਨਾਂ ਸੀ ਕਿ ਮੈਂ ਜਿੱਥੇ ਵੀ ਗਿਆ, ਕਿਸੇ ਵੀ ਰਿਮੋਟ ਤੋਂ ਰਿਮੋਟ ਏਰੀਏ 'ਚ ਵੀ ਗਿਆ ਜੀ, ਉੱਥੇ ਮੇਰੇ ਫਾਦਰ ਦਾ ਜਾਂਦਿਆਂ ਨੂੰ ਏਡਾ ਕੁ ਨੀਂਹ ਪੱਥਰ ਜ਼ਰੂਰ ਲੱਗਾ ਸੀ ਪਿੰਡਾਂ ਦੇ ਵਿੱਚ। ਉਹ ਤੁਹਾਨੂੰ ਫਾਇਦੇਮੰਦ ਰਿਹਾ ਮੈਨੂੰ? ਬਿਲਕੁਲ, ਉਹਦੇ 'ਚ ਲੋਕਾਂ ਕਿਹਾ ਕਿ ਯਾਰ ਜਿਹੜਾ ਇਹਦਾ ਫਾਦਰ 40 ਸਾਲ ਪਹਿਲੇ। ਅੱਛਾ, ਕਿਹੜੇ ਹਲਕੇ ਦੇ ਵਿੱਚ ਤੁਹਾਨੂੰ ਲੱਗਿਆ ਕਿ ਉਹਨਾਂ ਦਾ, ਕਿਉਂਕਿ ਤੁਸੀਂ ਜਿਹੜੇ ਹਲਕਿਆਂ ਤੋਂ ਹੁਣ ਤੱਕ ਫਤਿਹਗੜ੍ਹ ਚੋੜੀਆਂ ਜਾਂ ਡੇਰਾ ਬਾਬਾ ਨਾਨਕ ਜਿੱਤਦੀ ਸੀ? ਅੱਛਾ, ਤੁਸੀਂ ਪਠਾਨਕੋਟ ਵਾਲੇ ਪਾਸੇ ਕਹਿ ਰਹੇ ਹੋ? ਪਠਾਨਕੋਟ ਵਾਲੇ ਪਾਸੇ ਬਿਲਕੁਲ, ਮੈਂ ਸੁਜਾਨਪੁਰ ਗਿਆ ਬੜਾ ਰਿਮੋਟ ਦੁਨੇਰੇ ਦੇ ਕੋਲ ਜੀ, ਉੱਥੇ ਜਾ ਕੇ ਉਹ ਕਹਿੰਦੇ ਜੀ ਸਾਡੇ ਪਿੰਡ ਦੀ ਸੜਕ ਉਹ ਬਣਾ ਕੇ ਗਏ। ਬਟ ਲੀਡ ਉੱਥੇ ਤੁਹਾਨੂੰ ਨਹੀਂ ਮਿਲੀ, ਉੱਥੇ BJP ਸਟਰੋਂਗ ਸੀ? ਇਹ ਨਹੀਂ ਸੀ, ਬਿਲਕੁਲ ਉੱਥੇ ਥੋੜ੍ਹਾ ਕਾਸਟਿਜ਼ਮ ਦਾ ਵੀ ਚੱਲ ਗਿਆ ਠੀਕ ਹੈ ਕਿ ਰਾਜਪੂਤ ਆ। ਅਤੇ ਉੱਧਰ ਪਠਾਨਕੋਟ 'ਚ ਬਿਲਕੁਲ ਨੋ ਡਾਊਟ, ਮੈਂ ਪਹਿਲਾਂ ਹੀ ਕਿਹਾ ਕਿ ਧਰਮ ਦੇ ਨਾਂ ਦੇ ਉੱਤੇ ਪੰਜਾਬ 'ਚ ਵੰਡੀ 'ਚ ਪੈ ਗਈਆਂ। ਪੈ ਗਈਆਂ ਤੁਹਾਨੂੰ ਲੱਗਦਾ? ਪੈ ਗਈਆਂ, ਪਰ ਇਹ ਬਹੁਤ ਇਹ ਟੈਂਪਰੇਰੀ ਆ ਠੀਕ ਹੈ, ਟੈਂਪਰੇਰੀ ਆ। ਮੈਂ ਬਟਾਲੇ 'ਚੋਂ ਜਿੱਤ ਗਿਆ, ਜੇ ਇੰਨੀ ਹੁੰਦੀ ਤਾਂ ਮੈਂ ਬਟਾਲੇ 'ਚੋਂ ਨਹੀਂ ਸੀ ਜਿੱਤਣਾ, ਮੈਂ ਬਟਾਲੇ 'ਚੋਂ ਜਿੱਤਿਆ। ਅਤੇ ਇਹਦੇ 'ਚ ਜਿਹੜੀ ਚੀਜ਼ ਹੈ ਕਿ ਜਿਹੜੀ ਉੱਥੋਂ 35-40 ਹਜ਼ਾਰ 'ਤੇ ਕਾਂਗਰਸ ਹਾਰਦੀ ਸੀ, 10-20 ਹਜ਼ਾਰ 'ਤੇ ਹਾਰਿਆ, ਉਹਦੀ ਐਡੀ ਵੱਡੀ ਮੈਂ ਉਹਨੂੰ ਹਾਰ ਨਹੀਂ ਮੰਨਦਾ। ਔਰ ਅਸੀਂ ਫੋਨ ਦੀ ਜਿਹੜੇ ਉਹਨੂੰ ਚੀਜ਼ ਨੂੰ ਮੈਂ ਪੂਰਾ ਕਰਾਂਗਾ ਠੀਕ ਹੈ। ਸਾਡੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਨਿਊਜ਼ ਰੂਮ ਦੇ ਵਿੱਚ ਸਾਡੇ ਸਾਥੀ ਆ, ਅਸੀਂ ਉਹਨਾਂ ਤੋਂ ਵੀ ਸਵਾਲ ਲਵਾਂਗੇ, ਪਰ ਉਸ ਤੋਂ ਪਹਿਲਾਂ ਮੈਂ 2-3 ਸਵਾਲ ਜ਼ਰੂਰ ਲੈਣਾ ਚਾਹੁੰਦਾ। ਤੁਹਾਨੂੰ ਲੱਗਦਾ ਕਿ ਗੁਰਦਾਸਪੁਰ ਦੇ ਵਿੱਚ ਕਿਹੜੀ ਚੀਜ਼ ਐਸੀ ਹੈ ਜਿਹੜੀ ਤੁਸੀਂ ਮੁੱਢਲੇ ਤੌਰ ਦੇ ਉੱਤੇ ਬਤੌਰ MP ਤੁਹਾਨੂੰ ਚੱਕਣੀ ਹੋਏਗੀ? ਅਸੀਂ ਪਿੱਛੇ ਚੋਣਾਂ ਦੇ ਦੌਰਾਨ ਸ਼ੋਅ ਕੀਤੇ ਧਾਕੜ ਵਰਸਿਸ ਧਾਕੜ, ਅਸੀਂ ਗੁਰਦਾਸਪੁਰ ਵੀ ਗਏ।
ਤਾਂ ਗੁਰਦਾਸਪੁਰ ਅਸੀਂ ਗਏ ਵਾਇਆ ਹੁਸ਼ਿਆਰਪੁਰ ਹੋ ਕੇ ਗੜ੍ਹਦੀਵਾਲ ਹੋ ਕੇ, ਅਤੇ ਫਿਰ ਉਸ ਤੋਂ ਮੇਨ ਰੋਡ ਤੋਂ ਅਸੀਂ ਲੈਫਟ ਲੈ ਕੇ ਇੱਕ ਜਿਹੜੀ ਰੋਡ ਜਾਂਦੀ ਹੈ ਗੁਰਦਾਸਪੁਰ ਨੂੰ, ਰੋਡ ਦੀ ਹਾਲਤ ਬਹੁਤ ਖਰਾਬ ਸੀ। ਮਤਲਬ ਜੇ ਸਿੱਧੀ ਰੋਡ ਉਸ ਧਰਤੀ ਨੂੰ ਜਾਣ ਲੱਗੇ ਦਿੱਕਤ ਕਰ ਰਹੀ ਹੈ ਜਿੱਥੋਂ ਆਪਾਂ ਕਰਤਾਰਪੁਰ ਸਾਹਿਬ ਜਾ ਰਹੇ ਹਾਂ, ਤਾਂ ਇਹ ਤਾਂ ਬਹੁਤ ਵੱਡਾ ਇਸ਼ੂ ਹੈ। ਪੰਜਾਬ 'ਚ ਤਾਂ ਰੋਡ ਦਾ ਬੜਾ ਇੱਕ ਸਟਰੋਂਗ ਨੈਟਵਰਕ ਬਣਿਆ ਹੋਇਆ, ਮੈਂ ਕਹਾਂਗੀ ਪੰਜਾਬ 'ਚ ਜਿੱਥੇ ਵੀ ਅਸੀਂ ਗਏ, ਪੂਰੇ ਪੰਜਾਬ ਦੀਆਂ ਸਾਰੀ ਸੀਟਾਂ 'ਤੇ ਗਏ ਹਾਂ, ਉਸ ਸੀਟ ਦੇ ਉੱਤੇ ਜਾ ਕੇ ਰੋਡ ਵਾਲੀ ਕੰਡੀਸ਼ਨ ਉੱਥੇ ਹੀ ਲੱਗੇਗੀ ਖਰਾਬ। ਦੋ ਸੜਕਾਂ ਉੱਥੋਂ ਗੁਰਦਾਸਪੁਰ ਨੂੰ ਕਨੈਕਟ ਕਰਦੀਆਂ ਨੇ, ਇੱਕ ਟਾਂਡੇ ਤੋਂ ਜੀ, ਉਹ ਵੀ ਬਹੁਤ ਖਰਾਬ ਆ, ਇੱਕ ਮੁਖੇੜੀਆਂ ਤੋਂ। ਮੇਰੇ ਖਿਆਲ ਕਿ ਤੁਸੀਂ ਵਾਇਆ ਮੁਖੇੜੀਆਂ ਗਏ, ਤਾਂ ਉਹ ਬਹੁਤ ਵਾਕਈ ਉਹਦੀ ਬੜੀ ਹਾਲਾਤ ਮਾੜੇ ਨੇ। ਉਹਦੀ ਉਹਨੂੰ ਨੈਸ਼ਨਲ ਹਾਈਵੇ 'ਚ ਕਨਵਰਟ ਕਰਾਉਣਾ ਪਏਗਾ ਜੀ, ਕਿਉਂਕਿ ਉੱਥੋਂ ਜਿਹੜੀ ਨੈਸ਼ਨਲ ਹਾਈਵੇ ਚੱਲਦੀਆਂ, ਦੋਨੋਂ ਨੈਸ਼ਨਲ ਹਾਈ ਚੱਲ ਰਹੀਆਂ ਨੇ, ਤਾਂ ਉੱਥੋਂ ਜਿਹੜਾ ਇਹਨੂੰ ਕੀਤਾ ਜਾਏਗਾ। ਵਾਕਈ ਰੋਡਸ ਦੀ ਕਾਫੀ ਕੰਮ ਵੀ ਹੋਇਆ, ਅਤੇ ਉੱਥੇ ਕਨੈਕਸ਼ਨ ਜਿਹੜਾ ਉਹ ਬੜਾ ਔਖਾ। ਹੁਣ ਵੇਖੋ ਨਾ, ਉੱਧਰੋਂ ਜੇ ਜਾਈਏ ਆਪਾਂ ਵਾਇਆ ਰਹੀਆ ਬਾਬਾ ਬਕਾਲਾ, ਉਹ ਵੀ ਸੜਕ ਬਣ ਰਹੀ ਆ, ਔਰ ਉਹ ਤਾਂ ਬਹੁਤ ਵਧੀਆ ਹੋ ਜਾਣੀ ਹੈ ਕਿ ਉਹ ਕੈਪਟਨ ਸਾਹਿਬ ਦੇ ਟਾਈਮ 'ਚ ਉਹਨੂੰ ਅਸੀਂ ਨੈਸ਼ਨਲ ਹਾਈਵੇ 'ਚ ਕਨਵਰਟ ਕਰਵਾ ਗਏ ਸੀ, ਅਤੇ ਉਹਦੀ ਫੋਰ ਲੇਨਿੰਗ ਦੇ ਅਪ ਟੂ ਡੇਰਾ ਬਾਬਾ ਨਾਨਕ ਜਾ ਰਹੀ ਆ। ਉੱਧਰੋਂ ਕਨੈਕਸ਼ਨ ਜੇ ਏਅਰਪੋਰਟ ਤੋਂ ਲਈਏ, ਅਜਨਾਲਾ ਟੂ ਡੇਰਾ ਬਾਬਾ ਨਾਨਕ ਫੋਰ ਲੇਨ ਜਿਹੜੀ ਆ ਉਹ ਸਟਾਰਟ ਹੋ ਗਈ ਆ, ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਨੈਸ਼ਨਲ ਹਾਈਵੇ ਪਹਿਲਾਂ ਹੀ ਸਾਡੀ ਬਣ ਗਈ ਆ। ਤੋ ਇਹ ਚੀਜ਼ਾਂ ਜਾ ਕੇ ਚੁੱਕਣੀਆਂ ਪੈਣਗੀਆਂ। ਪਰ ਜਿਹੜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਭ ਤੋਂ ਵੱਡੀ ਡਿਮਾਂਡ, ਔਰ ਮੈਨੂੰ ਸ਼ਰਮ ਵੀ ਆਈ ਜੀ, ਜਿਸ ਵੇਲੇ ਸੁਜਾਨਪੁਰ ਮੈਂ ਕੱਲ੍ਹ ਜਾ ਕੇ ਆਇਆ ਜਾਂ ਡਿਊਰਿੰਗ ਇਲੈਕਸ਼ਨ ਗਿਆ, ਉੱਥੇ ਹਿੰਦੁਸਤਾਨ ਨੂੰ ਆਜ਼ਾਦ ਹੋਏ ਨੂੰ ਕਿੰਨਾ ਚਿਰ ਹੋ ਗਿਆ, ਪਰ ਉੱਥੇ ਅੱਜ ਵੀ ਪੀਣ ਵਾਲਾ ਪਾਣੀ ਹੈ ਨਹੀਂ ਸੀ ਪਿੰਡਾਂ 'ਚ। ਇਹ ਸੁਜਾਨਪੁਰ ਤੁਸੀਂ ਕਹਿ ਰਹੇ ਹੋ? ਸੁਜਾਨਪੁਰ, ਅੱਛਾ, ਤੁਹਾਨੂੰ ਦੇਖਿਆ ਤਾਂ ਬੀਜੇਪੀ ਵਾਲਾ ਇਲਾਕਾ ਗਏ, ਉੱਥੇ ਪਾਣੀ ਦੀ ਦਿੱਕਤ ਹੈ, ਬਾਕੀ ਸਾਰੇ 8-9 ਹਲਕਿਆਂ 'ਚ ਵੀ ਕਾਂਗਰਸ ਹੀ ਰਹੇ। ਮੈਂ 5 ਸਾਲ ਮਿਨਿਸਟਰ ਰਹਿ ਗਿਆ, ਬਿਲਕੁਲ ਸਾਡੀ ਆਪਣੀ ਗੌਰਮੈਂਟ ਕੈਪਟਨ ਅਮਰਿੰਦਰ ਸਿੰਘ ਦੀ ਗੌਰਮੈਂਟ ਰਹੀ ਆ, ਪਹਿਲਾਂ ਵੀ ਰਹੀ, ਉਹਦੇ ਤੋਂ ਪਹਿਲਾਂ ਵੀ ਰਹੀ ਆ, ਅਤੇ ਆਜ਼ਾਦ ਭਾਰਤ 'ਚ ਇਹ ਸਭ ਤੋਂ ਪਹਿਲਾਂ ਜਾ ਕੇ ਪਾਣੀ ਦੀ ਉੱਥੇ ਗੱਲ ਕੀਤੀ ਜਾਏਗੀ। ਅਸੀਂ ਪੰਜਾਬੀ ਜਿਹੜੇ ਨੇ ਉਹ ਛਬੀਲਾਂ ਲਾਉਂਦੇ ਨੇ ਤੇ ਆਪ ਪਾਣੀ ਲੈਣ ਲਈ ਨਹੀਂ। ਫਿਰ ਤੁਹਾਨੂੰ ਲੱਗਦਾ ਕਿ ਕਿਸ ਦੀ ਜ਼ਿੰਮੇਵਾਰੀ ਹੈ? ਜ਼ਿੰਮੇਵਾਰੀ ਤਾਂ ਫਿਰ ਤੁਹਾਡੀ ਵੀ ਹੈ, ਤੁਸੀਂ ਡੈਪੂਟੀ ਸੀਐਮ ਰਹੇ ਹੋ, ਜ਼ਿੰਮੇਵਾਰੀ ਤਾਂ ਫਿਰ ਤੁਹਾਡੀ ਵੀ ਹੈ। ਪਹਿਲੇ ਤੁਹਾਨੂੰ ਕਹਿਤਾ ਕਿ ਸਾਡੀ ਗਵਰਨਮੈਂਟ ਵੀ, ਮੈਂ ਕਿਸੇ ਇੱਕ ਦੀ ਨਹੀਂ ਲਾਉਂਦਾ, ਪਰ ਉਹਦੇ 'ਚ ਇਹ ਜ਼ਰੂਰ ਹੈ ਕਿ ਜਿਹੜੇ ਉੱਥੋਂ ਦੇ ਲੋਕਲ MLA ਰਹੇ ਜਾਂ ਉੱਥੋਂ ਦੇ ਲੋਕਲ ਲੀਡਰ ਰਹੇ, ਉਹਨਾਂ ਧਿਆਨ ਨਹੀਂ ਕੀਤਾ, ਧਿਆਨ ਦੇਣਾ ਚਾਹੀਦਾ ਸੀ। ਸਭ ਤੋਂ ਪਹਿਲਾਂ ਤਾਂ ਉੱਥੋਂ ਦੇ ਪਾਣੀ ਦੀ ਕਰਾਂਗੇ। ਹੋਰ ਤੁਸੀਂ ਦੇਖੋ ਕਿ ਉੱਥੇ ਸੜਕਾਂ ਟੁੱਟ ਗਈਆਂ ਨੇ, ਸੜਕਾਂ ਨਾ ਆਉਂਦੀਆਂ, ਤੁਸੀਂ ਜਿਹੜੀ ਹੁਣੇ ਕਹੀ ਗਏ, ਤੁਸੀਂ ਇਹ ਕਹਿ ਰਹੇ ਹੋ ਉੱਥੇ ਕਹਿੰਦੇ ਨਾ ਕਿ ਸੜਕ 'ਚ ਟੋਏ ਨੇ, ਅਤੇ ਮੈਂ ਭੋਏ ਔਰ ਸੁਜਾਨਪੁਰ 'ਚ ਟੋਇਆਂ 'ਚ ਸੜਕ ਵੇਖੀ ਆ। ਤੁਸੀਂ ਰੰਧਾਵਾ ਸਰ ਆਪਣੀ ਇਲਾਕੇ ਦਾ ਜ਼ਿਕਰ ਕਰ ਰਹੇ ਹੋ, ਅਤੇ ਮੈਂ ਵੇਖੋ ਜੇ ਮੈਂ ਸਰਕਾਰ ਰਹੀ, ਮੰਤਰੀ ਰਹੇ, ਤੁਸੀਂ ਡਿਪਟੀ CM ਰਹੇ, ਅਤੇ ਤੁਸੀਂ ਅੱਜ ਕਹਿ ਰਹੇ ਹੋ ਕਿ ਸੜਕਾਂ 'ਚ ਟੋਏ ਨਹੀਂ ਸੀ, ਟੋਇਆਂ 'ਚ ਸੜਕ ਸੀਗੀ। ਜੇ ਮੈਂ ਨਹੀਂ ਕਰਾਂਗਾ ਤਾਂ ਮੈਂ ਆਪਣੇ ਲੋਕਾਂ ਨਾਲ ਧੋਖਾ ਕਰਾਂਗਾ। ਜਿਹੜੀਆਂ ਮੈਂ ਚੀਜ਼ਾਂ ਦੇਖੀਆਂ, ਜਿਹੜੀ ਉੱਥੇ ਮੈਂ ਕੀਤੀ ਨਹੀਂ, ਮਤਲਬ ਇਹ ਲੋਕਾਂ ਨੂੰ ਇਹ ਵੀ ਲੱਗ ਰਿਹਾ ਹੋਏਗਾ ਕਿ ਤੁਹਾਨੂੰ MP ਦੀ ਨਜ਼ਰ ਦੇ ਨਾਲ ਦਿਖਣ ਲੱਗ ਗਿਆ ਜਦੋਂ ਤੁਸੀਂ ਓਪੋਜੀਸ਼ਨ 'ਚ ਬੈਠੇ ਹੋ, ਸੈਂਟਰ ਦੇ ਵਿੱਚ ਵੀ। ਅੱਛਾ, ਜਦੋਂ ਤੁਸੀਂ ਸਰਕਾਰ 'ਚ ਬੈਠੇ ਸੀ ਤੁਹਾਨੂੰ ਉਸ ਸਮੇਂ ਸੜਕਾਂ ਨਹੀਂ ਦਿਖ ਰਹੀਆਂ? ਉਹ ਤੋਂ ਮੈਂ ਤੁਹਾਨੂੰ ਕਿਹਾ ਕਿ ਮੰਤਰੀ ਬਹੁਤੇ ਆਪਣੇ ਹਲਕਿਆਂ 'ਚੋਂ ਨਿਕਲਦੇ ਨਹੀਂ ਸੀ, ਅਤੇ ਜਦੋਂ ਮੈਂ ਆਪਣੇ ਫਾਦਰ ਦੇ ਨੀਂਹ ਪੱਥਰ ਹੁਣ ਵੇਖੇ ਨੇ ਜੀ, ਹੁਣ ਇਹ ਜ਼ਰੂਰ ਹੈ ਕਿ ਮਿਨਿਸਟਰ ਬਣ ਕੇ ਆਪਣੇ ਇਲਾਕੇ ਤੱਕ ਨਾ ਰਹੋ, ਪੂਰੇ ਪੰਜਾਬ ਦੇ ਬਣੋ, ਅਤੇ ਉਹ ਚੀਜ਼ ਸਾਡੇ 'ਚੋਂ ਮਿਸਿੰਗ ਸੀਗੀ। ਚਲੋ ਮੈਂ ਅੱਗੇ ਵੱਧਦਾ, ਤੁਸੀਂ ਇੱਕ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਵੰਡੀਆਂ ਪਾਈਆਂ ਗਈਆਂ ਜਾਂ ਟੈਂਪਰੇਰੀ ਪੈ ਗਈਆਂ, ਇਹ ਕਿਉਂ ਲੱਗ ਰਿਹਾ ਕਿ ਇੱਕ ਪਾਸੇ ਅੰਮ੍ਰਿਤਪਾਲ ਅਤੇ ਸਰਬਜੀਤ ਖਾਲਸਾ ਜਿੱਤ ਗਏ, ਇੱਕ ਪਾਸੇ BJP ਦਾ 18% ਵੋਟ ਸ਼ੇਅਰ ਆ ਗਿਆ, ਤੁਹਾਨੂੰ ਤਾਂ ਲੱਗਦਾ? ਮੈਂ ਇਹ ਚੀਜ਼ 'ਤੇ ਨਹੀਂ, 18% ਸ਼ੇਅਰ ਤਾਂ ਮੈਂ ਅੱਜ ਵੀ ਨਹੀਂ ਕਰਦਾ। ਪਹਿਲਾਂ 23 ਸੀਟਾਂ ਦੇ ਇਲੈਕਸ਼ਨ ਲੜਦੀ ਸੀ BJP ਜੀ, ਹੁਣ 117 'ਤੇ ਆ, ਉਹਦਾ ਉੱਦਾਂ ਹੀ ਵੋਟ ਸ਼ੇਅਰ ਉੱਦਾਂ ਹੀ ਲੈ ਕੇ ਤੁਰ ਪਊ। ਅੱਗੇ ਆਪਾਂ 23 ਸੀਟਾਂ ਦਾ ਵੋਟ ਸ਼ੇਅਰ ਕੱਢ ਲੈਂਦੇ ਸੀ ਕਿ ਇੰਨੀਆਂ ਪਈਆਂ, ਆਪਾਂ ਅਕਾਲੀ ਦਲ 'ਤੇ ਇਹਨਾਂ ਦਾ ਜੁਆਇੰਟ ਪਾ ਹੀ ਨਹੀਂ ਸਕਦੇ ਇਹਦਾ ਕਰਕੇ। ਪਰ ਰੰਧਾਵਾ ਸਾਹਿਬ ਦੇਖੋ, ਤੁਸੀਂ BJP ਨੂੰ 18% ਨੂੰ ਲੈ ਕੇ ਕਹਿ ਰਹੇ ਹੋ ਕਿ 23 ਤੋਂ 117 ਲੜ ਰਹੇ ਸੀ,
ਤੁਸੀਂ ਜਿੱਤੇ ਹੋ ਦੂਜੇ ਨੰਬਰ 'ਤੇ ਬੀਜੇਪੀ, ਰਾਜਾ ਵੜਿੰਗ ਜਿੱਤੇ ਨੇ ਦੂਜੇ ਨੰਬਰ 'ਤੇ ਬੀਜੇਪੀ, ਚਰਨਜੀਤ ਚੰਨੀ ਜਿੱਤੇ ਨੇ ਦੂਜੇ ਨੰਬਰ 'ਤੇ ਬੀਜੇਪੀ, ਤੁਹਾਨੂੰ ਲੱਗਦਾ ਨਹੀਂ ਕਿ ਬੀਜੇਪੀ ਉਸ ਤਰੀਕੇ ਨਾਲ ਅੱਗੇ ਵਧੀ ਹੈ? ਮੈਂ ਇੱਕ ਚੀਜ਼ ਇਹਦੇ 'ਚ ਕਹਿਣੀ ਚਾਹੁੰਦਾ ਕਿ ਅਕਾਲੀ ਦਲ ਵੀਕ ਹੋਇਆ ਪੰਜਾਬ 'ਚ, ਔਰ ਮੋਰਓਵਰ ਅਕਾਲੀ ਦਲ ਨੇ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਵਾਈਆਂ, ਬੀਜੇਪੀ ਨੂੰ ਨਹੀਂ ਪਵਾਈਆਂ, ਆਮ ਆਦਮੀ ਪਾਰਟੀ ਨੂੰ। ਬਿਲਕੁਲ ਬਿਲਕੁਲ, ਇਹ ਠੀਕ ਗੱਲ ਆ। ਮੇਰੇ ਇਲਾਕੇ ਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੁਸੀਂ ਹਰ ਇਲਾਕੇ ਜਾ ਕੇ ਵੇਖੋ ਕਿ ਮੇਰਾ ਮੁੱਖ ਮੁਕਾਬਲਾ ਜਿਹੜਾ ਸੀ ਉਹ ਅਕਾਲੀ ਦਲ ਨਾਲ ਸੀ। ਤ੍ਰਿਪੁਰ ਬਾਜਵਾ ਦੇ ਏਰੀਏ ਚਲੇ ਜਾਓ, ਮੇਨ ਜਿਹੜੀ ਸੀਗੀ ਫਾਈਟ ਅਕਾਲੀ ਦਲ ਨਾਲ ਸੀ। ਉਹਦੇ ਚਲੇ ਜਾਓ ਪਹਾੜੇ ਦੇ ਚਲੇ ਜਾਓ, ਮੇਨ ਫਾਈਟ ਅਕਾਲੀ ਦਲ ਨਾਲ ਸੀ। ਪ੍ਰਤਾਪ ਸਿੰਘ ਬਾਜਵੇ ਦੇ ਚਲੇ ਜਾਓ, ਮੇਨ ਫਾਈਟ ਅਕਾਲੀ ਦਲ ਨਾਲ ਸੀ। ਇਹਨਾਂ ਸਾਰਿਆਂ ਦੀ ਫਾਈਟ ਜਿਹੜੀ ਆ, ਅਕਾਲੀ ਦਲ 8-8, 10-15 ਹਜ਼ਾਰ 'ਤੇ ਆ ਗਿਆ ਅਤੇ ਉਹ ਫਾਈਟ ਆਮ ਆਦਮੀ ਪਾਰਟੀ ਨੇ। ਤੁਸੀਂ ਇਹ ਗੱਲ ਕਹਿ ਰਹੇ ਹੋ, ਪਰ ਦੇਖੋ ਤੁਸੀਂ ਜਿੰਨੇ ਵੋਟਾਂ ਨਾਲ ਜਿੱਤੇ ਹੋ ਕੁੱਲ ਇੰਨੀਆਂ ਹੀ ਵੋਟਾਂ ਅਕਾਲੀ ਦਲ ਨੂੰ ਪਈਆਂ, ਜੇ ਮੈਂ ਗਲਤ ਨਹੀਂ। 82,000 ਨਾਲ ਤੁਸੀਂ ਜਿੱਤੇ ਹੋ, ਮੈਨੂੰ ਲੱਗਦਾ 85-85,000 ਚੀਮਾ ਜੀ ਨੂੰ ਪਈਆਂ ਵੋਟਾਂ, ਪਰ ਤੁਸੀਂ ਕਹਿ ਰਹੇ ਹੋ ਕਿ ਵੋਟਾਂ ਉੱਧਰ ਪਵਾ ਦਿੱਤੀਆਂ। ਆਪਣੀ ਜ਼ਮਾਨਤ ਜ਼ਬਤ ਕਰਵਾਉਣ ਲਈ ਕਿਉਂ ਵੋਟ ਕੋਈ ਪਵਾ ਦੇਗਾ? 10 ਸੀਟਾਂ 'ਤੇ ਅਕਾਲੀ ਦਲ ਦੀਆਂ ਵੋਟਾਂ ਜਿਹੜੀਆਂ ਜ਼ਮਾਨਤ ਜ਼ਬਤ ਹੋ ਗਈ। ਤੁਸੀਂ ਹੈਰਾਨ ਹੋਵੋਗੇ, ਮੈਂ ਆਪਣੀ ਜਿੱਤ ਤੋਂ ਬਾਅਦ ਉਹਦਾ ਦਲਜੀਤ ਸਿੰਘ ਚੀਮਾ ਉਹਨਾਂ ਨੂੰ ਮੈਂ ਆਪ ਕਾਲ ਕੀਤੀ ਆ, ਮੈਂ 3 ਕੈਂਡੀਡੇਟਾਂ ਨੂੰ ਕੀਤੀ ਆ। ਅੱਛਾ ਜੀ। ਆਪਾਂ ਜਿਹੜੀਆਂ ਹੈਗੀਆਂ ਨੇ ਇਲੈਕਸ਼ਨਾਂ ਦੀ ਖੁੜਤਨ ਛੱਡ ਕੇ ਜੀ, ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ, ਆਪਣੇ ਕੰਸਟੀਟੂਐਂਸੀ ਦੀ ਗੱਲ ਕਰੀਏ, ਸਾਰੇ ਮਿਲ ਕੇ ਗੱਲ ਕਰੀਏ। ਔਰ ਮੈਂ ਸਰਦਾਰ ਦਲਜੀਤ ਸਿੰਘ ਨੂੰ ਕਿਹਾ ਜੀ ਕਿ ਤੁਸੀਂ ਆਪਣਾ ਨੁਕਸਾਨ ਕੀਤਾ ਕਿ ਆਪਣੀ ਵੋਟ ਆਪ ਨੂੰ ਟ੍ਰਾਂਸਫਰ ਕਰਕੇ, ਮੈਂ ਕਹਿ ਦਿੱਤੇ ਅਕਾਲੀ ਦਲ ਬੈਠ ਕੇ ਸੋਚ ਵਿਚਾਰ ਕਰੇ। ਪੰਜਾਬ 'ਚ ਅਕਾਲੀ ਦਲ ਦਾ ਕਮਜ਼ੋਰ ਹੋਣਾ ਮੇਰੇ ਖਿਆਲ ਪੰਜਾਬ ਲਈ ਕੋਈ ਹੈਲਦੀ ਸਾਈਨ ਨਹੀਂ। ਕਿ ਜਿਹੜੀ ਖਡੂਰ ਸਾਹਿਬ ਅਤੇ ਫਰੀਦਕੋਟ ਦੀ ਸੀਟ ਦੇ ਉੱਪਰ ਜਿੱਤ ਪੰਜਾਬ 'ਚ ਨਵੀਂ ਸਿਆਸਤ ਤੁਹਾਨੂੰ ਲੱਗ ਰਿਹਾ, ਇਸ਼ਾਰਾ ਹੋ ਰਿਹਾ? ਇਹਦੇ 'ਚ ਮੈਂ ਇਹਦੇ 'ਚ ਉਹੀ ਗੱਲ ਆ ਗਈ ਜੋ ਮੈਂ ਕਿਹਾ ਕਿ ਮੈਂ ਚੀਮਾ ਸਾਹਿਬ ਨੂੰ ਜਿਹੜੀ ਗੱਲ ਕਹੀ ਸੀ, ਪੰਜਾਬ ਦੇ ਵਿੱਚ ਇੱਕ ਅਕਾਲੀ ਦਲ ਦਾ ਬਹੁਤ ਵੱਡਾ ਵੈਕਿਊਮ ਆ ਗਿਆ, ਲੀਡਰਸ਼ਿਪ ਵੈਕਿਊਮ ਆ ਗਿਆ, ਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਪਾਸੇ ਜਾਈਏ, ਕੀ ਗੱਲ ਕਰਨੀ ਹੈ, ਕਿਵੇਂ ਕਰਨੀ ਆ, ਸਾਨੂੰ ਸੇਧ ਦੇਣ ਵਾਲਾ ਕੌਣ ਹੈ। ਉਹ ਅਕਾਲੀ ਦਲ 'ਚ ਸਭ ਕੁਝ ਮਿਸਿੰਗ ਹੋ ਗਿਆ ਕਿ ਅੱਜ ਤੋਂ ਜਦੋਂ ਪਹਿਲਾਂ ਇਲੈਕਸ਼ਨਸ ਹੋਈਆਂ ਸੀ ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਉੱਥੋਂ 5.5 ਲੱਖ ਵੋਟ ਨਾਲ ਜਿੱਤ ਕੇ ਆਏ। ਬਿਲਕੁਲ। ਅਤੇ ਉਹਦੇ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਵੈਕਿਊਮ ਨੂੰ ਜਿਹੜਾ ਖਤਮ ਕਰਕੇ ਅਤੇ ਉਹਨਾਂ ਨੇ ਆਪਣਾ ਕੰਟਰੋਲ ਕਰ ਲਿਆ। ਠੀਕ ਹੈ। ਉਹਦੀ ਬਾਅਦ ਤੁਸੀਂ ਹੁਣ ਵੇਖੋਗੇ ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਜਿੱਤੇ ਅਤੇ ਅੱਜ ਉਹਨਾਂ ਦੀ ਵੀ ਜ਼ਮਾਨਤ ਮੇਰੇ ਖਿਆਲ ਜ਼ਬਤ ਹੋ ਗਈ। ਮੈਂ ਇਸੇ ਕਰਕੇ ਕਹਿੰਦਾ ਕਿ ਜਿਹੜੀ ਇਹ ਲੀਡਰਸ਼ਿਪ ਅਕਾਲੀ ਲੀਡਰਸ਼ਿਪ ਹੈ, ਇਹਨੂੰ ਸੋਚਣਾ ਪਏਗਾ। ਉਹਦੇ 'ਚ ਮੈਂ ਵੇਖੋ, ਜੇ ਉਹ ਸੁਖਬੀਰ ਸਿੰਘ ਬਾਦਲ ਜੇ ਕੱਟੜ ਅਕਾਲੀ ਹੈ ਤਾਂ ਮੈਂ ਕੱਟੜ ਕਾਂਗਰਸੀ ਕਹੂੰਗਾ ਆਪਣੇ ਆਪ ਨੂੰ, ਪਰ ਪੁਰਾਣੇ ਲੀਡਰ ਜਿਹੜੇ ਹੁੰਦੇ ਸੀ ਉਹਨਾਂ ਦੇ ਵਿੱਚ ਇਹ ਵੀ ਸੀਗਾ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹਨੇ ਹਿੰਦੁਸਤਾਨ ਨੂੰ ਲੀਡ ਕੀਤਾ ਅਤੇ ਇੱਥੇ ਸਿੱਖਾਂ ਨੂੰ ਦੀ ਪਾਰਟੀ ਨੂੰ ਜੇ ਫੇਲ ਹੋਏਗੀ ਤਾਂ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਵੀ ਨੁਕਸਾਨ ਹੋਏਗਾ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦਾ ਪੰਜਾਬ 'ਚ ਮਜ਼ਬੂਤ ਹੋਣਾ ਜ਼ਰੂਰੀ ਹੈ? ਇਹ ਸਾਰੇ ਕਾਂਗਰਸ ਹੀ ਕਹਿੰਦੇ ਨੇ, ਇਹ ਜਿਹੜੇ ਓਪੋਜੀਸ਼ਨ ਵਾਲੇ ਲੀਡਰ ਨੇ, ਚਾਹੇ ਕਾਂਗਰਸ ਹੋਵੇ ਕੋਈ ਹੋਰ ਪਾਰਟੀ ਦੇ ਲੀਡਰ ਨਾਲ ਗੱਲ ਕਰ ਲਓ, ਕਹਿੰਦੇ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ। ਨਹੀਂ, ਜਿਹਨੂੰ ਵੇਖੋ, ਜਿਹਨੂੰ ਤਾਂ ਪੰਜਾਬ ਨਾਲ ਪਿਆਰ ਆ ਉਹ ਤਾਂ ਜ਼ਰੂਰ। ਅੱਛਾ, ਕਮਜ਼ੋਰ ਕਿਉਂ ਹੈ? ਮੇਰੇ ਖਿਆਲ ਸੁਖਬੀਰ ਬਾਦਲ ਦਾ ਕੰਟਰੋਲ ਹੈ ਨਹੀਂ, ਔਰ ਉਹ ਤਾਂ ਪੂਰਾ ਕੰਟਰੋਲ ਹੈ, ਕੋਈ ਪਾਰਟੀ ਦੇ ਵਿੱਚ ਬੋਲਦਾ ਨਹੀਂ ਕਿ ਪ੍ਰਧਾਨ ਬਦਲ ਦਿਓ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਨਹੀਂ ਬੋਲਿਆ, ਇਹਦਾ ਮਤਲਬ ਪੂਰਾ ਕੰਟਰੋਲ, ਇਹਨੂੰ ਆਪਾਂ ਕੰਟਰੋਲ ਨਹੀਂ ਕਿਹਾ ਜਾ ਸਕਦਾ, ਇਹਨੂੰ ਬੋਝਲੀ ਕਿਹਾ ਜਾ ਸਕਦਾ। ਜਿਹੜੇ ਸੁਖਬੀਰ ਬਾਦਲ ਦੇ ਖਿਲਾਫ ਨਹੀਂ ਬੋਲ ਰਹੇ ਉਹਨਾਂ ਬਾਰੇ ਕਹਿ ਰਹੇ ਹੋ ਤੁਸੀਂ? ਹਾਂ ਬਿਲਕੁਲ। ਨਹੀਂ ਮੈਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਨਹੀਂ ਕਰਨੀ ਚਾਹੁੰਦਾ, ਸੁਖਬੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਚੱਲ ਵੀ ਨਹੀਂ ਸਕਦਾ। ਅੱਛਾ, ਇਹ ਵੀ ਇੰਪੋਰਟੈਂਟ ਹੈ, ਫਿਰ ਜੇ ਪ੍ਰਧਾਨ ਤਾਂ ਤੁਹਾਨੂੰ ਲੱਗਦਾ ਉਹੀ ਰਹਿਣਗੇ? ਨਹੀਂ, ਮੈਨੂੰ ਨਹੀਂ ਪਤਾ ਕੌਣ ਰਹੇਗਾ, ਸੁਖਬੀਰ ਬਾਦਲ ਤੋਂ ਬਿਨਾਂ ਇਹਨੂੰ ਪੰਜਾਬ ਦਾ ਅਕਾਲੀ ਦਲ
ਕਦੀ ਐਕਸੈਪਟ ਨਹੀਂ ਕਰੇਗਾ ਦੂਸਰੇ ਲੀਡਰ ਨੂੰ। ਔਰ ਸੁਖਬੀਰ ਬਾਦਲ ਨੂੰ ਆਪਣੇ ਜਿਹੜੇ ਉਹਦੇ ਐਡਵਾਈਜ਼ਰ ਨੇ ਉਹਨਾਂ ਬਾਰੇ ਸੋਚਣਾ ਪਏਗਾ, ਕਿਤੇ ਕਿਸੇ ਦੂਸਰੇ ਨਾਲ ਤਾਂ ਨਹੀਂ ਰਲ ਗਏ ਕਿ ਮੈਨੂੰ ਮਿਸਗਾਈਡ ਕਰ ਰਹੇ ਨੇ। ਅਕਾਲੀ ਦਲ 'ਚੋਂ ਆਦੇਸ਼ ਪ੍ਰਤਾਪ ਦਾ ਕੱਢਣਾ ਇਹਦਾ ਸੁਸਾਈਡਲ ਸਟੈਪ ਸੀ ਉਸ 'ਤੇ। ਅੱਜ ਮਲੂਕੇ ਨੂੰ ਕੱਢਣਾ, ਯਾਰ ਪਾਰਟੀਆਂ 'ਚ ਲੜਾਈਆਂ ਹੁੰਦੀਆਂ ਨੇ, ਜਿਨ੍ਹਾਂ ਨੇ ਪਾਰਟੀਆਂ ਖੜੀਆਂ ਕੀਤੀਆਂ ਉਹਨਾਂ ਕੋਲ ਜਾ ਕੇ, ਮੈਂ ਮੇਰੇ ਸਰਪੰਚ ਜਿਹੜੇ ਮੇਰੇ ਪੁਰਾਣੇ ਨੇ ਮੇਰੇ ਫਾਦਰ ਦੇ ਟਾਈਮ ਤੋਂ, ਮੇਰੇ ਨਾਲ ਨਾਰਾਜ਼ ਹੁੰਦੇ ਨੇ, ਮੈਂ ਜਾਂਦਾ ਉਹਨਾਂ ਕੋਲ। ਤੁਸੀਂ ਵੀ ਤਾਂ ਕੱਢ ਦਿੰਦੇ ਹੋ ਪਾਰਟੀ 'ਚੋਂ, ਤੁਸੀਂ ਕਮਲਜੀਤ ਬਰਾੜ ਨੂੰ ਕੱਢਤਾ, ਇਲੈਕਸ਼ਨ ਖਤਮ ਹੋਣ ਦੀ ਦੇਰ ਸੀ, ਦਰਸ਼ਨ ਬਰਾੜ ਬਾਹਰ। ਮੈਂ ਇੱਕ ਇਹਦੇ 'ਚ ਆਪਾਂ ਕਮਲਜੀਤ ਬਰਾੜ ਦੀ ਅਤੇ ਉਹਨਾਂ ਦੀ ਦੂਸਰਿਆਂ ਦੀ ਆਦੇਸ਼ ਪ੍ਰਤਾਪ ਦੀ ਜਾਂ ਸਿਕੰਦਰ ਸਿੰਘ ਮਲੂਕਾ ਦੀ, ਅਰਥ ਜਿਹੜਾ ਬੰਦਾ ਓਪਨਲੀ ਇੰਨਾ ਕੁਝ ਕਾਂਗਰਸ ਦੇ ਅਗੇਂਸਟ ਬੋਲ ਰਿਹਾ ਅਤੇ ਉਹ ਤਾਂ ਪਾਰਟੀ 'ਚ ਰਹਿਣਾ, ਉਹਨੂੰ ਆਪ ਹੀ ਛੱਡ ਦੇਣੀ ਚਾਹੀਦੀ ਸੀ। ਅਤੇ ਜਿਹੜਾ ਬੰਦਾ ਆਪ ਹੀ ਇਲੈਕਸ਼ਨ 'ਚ ਜਾ ਕੇ ਖੜ੍ਹਾ ਹੋ ਗਿਆ ਅਤੇ ਉਹਦਾ ਤਾਂ ਪਾਰਟੀ ਦਾ ਮਤਲਬ ਹੀ ਕੋਈ ਨਹੀਂ ਹੁੰਦਾ। ਮੇਰਾ ਖਿਆਲ ਕਿ ਦਰਸ਼ਨ ਬਰਾੜ ਦਾ ਸਭ ਤੋਂ ਵੱਧ ਮੇਰਾ ਪਿਆਰ ਹੈ। ਨਹੀਂ ਉਹ ਤਾਂ ਨਹੀਂ ਖੜੇ ਹੋਏ ਨਾ, ਦਰਸ਼ਨ ਬਰਾੜ ਤਾਂ ਨਹੀਂ ਖੜੇ। ਵੇਖੋ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਮੇਰਾ ਪਿਆਰ ਹੈ, ਔਰ ਮੈਨੂੰ ਦਰਸ਼ਨ ਬਰਾੜ ਦਾ ਕਾਂਗਰਸ ਤੋਂ ਕੱਢਣਾ, ਮੈਨੂੰ ਉਹਦਾ ਦੁੱਖ ਵੀ ਆ, ਕਿਉਂਕਿ ਇਸ ਬੰਦੇ ਨੇ ਉਸ ਟਾਈਮ 'ਤੇ ਕਾਂਗਰਸ 'ਚ ਜਦੋਂ ਅੱਤਵਾਦ 'ਚ ਮੋਗੇ 'ਚ ਕੋਈ ਮੀਟਿੰਗ ਕਰਾਉਣ ਲਈ ਤਿਆਰ ਨਹੀਂ ਸੀ ਅਤੇ ਮੇਰੇ ਫਾਦਰ ਉਸ ਵੇਲੇ ਪ੍ਰੈਜੀਡੈਂਟ ਸੀ, ਇਹਨਾਂ ਕਿਹਾ ਦਰਸ਼ਨ ਮੀਟਿੰਗ ਕਰਾ ਲਏਗਾ, ਕਹਿੰਦਾ ਜੀ ਮੈਂ ਕਰਾਊਂਗਾ। ਇਸ ਬੰਦੇ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਔਰ ਬੈਸਟ ਮੀਟਿੰਗ ਕਰਵਾਈ ਅਤੇ ਇਹੋ ਜਿਹੇ ਬੰਦਿਆਂ ਦਾ ਕਈ ਵਾਰ ਬੱਚਿਆਂ ਦੇ ਵਿੱਚ ਹੋ ਜਾਂਦਾ। ਤੁਸੀਂ ਗੱਲ ਕਰ ਲੈਣੀ ਸੀ ਦਰਸ਼ਨ ਬਰਾੜ ਨਾਲ ਕਿ ਥੋੜ੍ਹਾ ਜਿਹਾ ਗਲਤ ਹੋ ਰਹੀਆਂ ਚੀਜ਼ਾਂ, ਰੋਕੋ ਇਹਨੂੰ। ਵੇਖੋ ਵੇਖੋ ਇੱਕ ਚੀਜ਼ ਮੈਂ, ਕਿ ਜਦੋਂ ਤੁਹਾਡਾ ਇੰਨਾ ਪਿਆਰ ਸੀਗਾ ਤਾਂ ਫਿਰ ਤੁਸੀਂ ਇਹਨਾਂ ਨੂੰ ਬਾਹਰ ਕਿਉਂ ਜਾਣ ਦਿੱਤਾ? ਦਰਸ਼ਨ ਬਰਾੜ ਹੈਲਪਲੈਸ ਸੀਗਾ, ਉਹਦਾ ਮੁੰਡਾ ਉਹਦੇ ਤੋਂ ਬਾਹਰ ਹੋ ਗਿਆ। ਉਹ ਸੇਮ ਕੰਡੀਸ਼ਨ ਮਲੂਕਾ ਦੇ ਲਈ ਕਹਿੰਦੇ ਨੇ। ਮੈਂ ਤਾਂ ਇਸੇ ਕਰਕੇ ਕਹਿੰਦਾ ਕਿ ਦਰਸ਼ਨ ਬਰਾੜ ਦਾ ਵੀ ਕਸੂਰ ਕੋਈ ਨਹੀਂ, ਮਲੂਕੇ ਦਾ ਵੀ ਕੋਈ ਨਹੀਂ, ਮੈਂ ਤਾਂ ਕਹਿ ਰਿਹਾ। ਚਲੋ ਮੈਂ ਬਾਕੀ ਵਿਵਾਦ ਦਾ, ਮੈਨੂੰ ਇੱਕ ਵਾਰੀ ਤੁਸੀਂ ਅਕਾਲੀ ਦਲ ਵਾਲਾ ਕਲੀਅਰ ਕਰੋ। ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਣ ਦੀ ਲੋੜ ਨਹੀਂ, ਪ੍ਰਧਾਨ ਦੇ ਸਲਾਹਕਾਰਾਂ ਨੂੰ ਬਦਲਣ ਦੀ ਲੋੜ ਹੈ? ਮੈਂ ਇਹ ਨਹੀਂ, ਵੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੋ ਗੱਲ ਆ ਜੀ, ਇਹ ਜਾਂਦਿਆਂ ਜਾਂਦਾ ਟਾਈਮ ਲੱਗੇਗਾ ਅਤੇ ਉਹਨੂੰ ਕੰਟਰੋਲ ਸਿਰਫ ਸੁਖਬੀਰ ਬਾਦਲ ਹੀ ਕਰ ਸਕਦਾ ਜੇ ਆਪਣੇ ਆਪ ਨੂੰ ਚੇਂਜ ਕਰ ਲਏ। ਜੇ ਇਹ ਪੁਰਾਣੇ ਜਿਹੜਾ ਮੈਂ ਕਿਹਾ ਕਿ ਮੈਨੂੰ ਕਾਂਗਰਸ ਦੇ ਵਰਕਰ ਨੇ ਵੋਟ ਪਾਈ ਆ, ਮੇਰੇ ਨਾਲ ਇੱਕ ਇੱਕ ਵਰਕਰ ਚੱਲਿਆ ਅਤੇ ਜੇ ਮੇਰੇ ਨਾਲ ਵਰਕਰ ਨਾਰਾਜ਼ ਹੁੰਦਾ ਅਤੇ ਮੈਂ ਉੱਥੋਂ ਜਿੱਤਦਾ ਨਹੀਂ ਸੀ। ਬਿਲਕੁਲ। ਅਤੇ ਸੁਖਬੀਰ ਬਾਦਲ ਨੂੰ ਵੇਖਣਾ ਪਏਗਾ, ਅਕਾਲੀ ਦਲ ਦਾ ਵਰਕਰ ਅੱਜ ਵੀ ਉੱਥੇ ਖੜ੍ਹਾ ਪਰ ਅਕਾਲੀ ਦਲ ਦੇ ਲੀਡਰ ਜਿਹੜੇ ਸੀ ਉਹ ਆਪਣੇ ਪੈਰ ਛੱਡ ਗਏ। ਇੱਕ ਇਹਦਾ ਮਤਲਬ ਇਹ ਵੀ ਹੈ ਕਿ ਸੁਖਬੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਨੂੰ ਲੀਡ ਕਰਨ ਦੀ ਜਿਹੜੀ ਸਮਰੱਥਾ ਹੈ ਉਸ ਪੋਜੀਸ਼ਨ 'ਚ ਕੋਈ ਨਹੀਂ। ਕੋਈ ਆਪਣਾ ਕਹਿੰਦਾ ਰਿਹਾ ਕਿ ਜੀ ਮੈਂ ਇੱਦਾਂ ਕਰ ਲੂੰ, ਮੇਰੇ ਖਿਆਲ 'ਚ ਸੁਖਬੀਰ ਬਾਦਲ ਤੋਂ ਬਿਨਾਂ। ਬੜਾ ਰਿਲੀਫ ਮਹਿਸੂਸ ਕਰਨਗੇ ਤੁਹਾਡੇ ਬਿਆਨ ਨੂੰ ਸੁਣ ਕੇ ਸੁਖਬੀਰ ਬਾਦਲ? ਮੈਨੂੰ ਨਹੀਂ ਪਤਾ ਰਿਲੀਫ ਕਰੇ ਕਿ ਨਾ ਕਰੇ। ਨਹੀਂ ਜਿਹੜਾ ਲੀਡਰ, ਦੇਖੋ ਅਕਾਲੀ ਦਲ ਨੂੰ ਲੈ ਕੇ ਕਿਸੇ ਨੂੰ ਪੁੱਛ ਲਓ, ਕਹਿੰਦੇ ਜਦੋਂ ਤੱਕ ਬਾਦਲ ਪਰਿਵਾਰ ਹੈ, ਓਪੋਜੀਸ਼ਨ ਦੀ ਮੈਂ ਗੱਲ ਕਰ ਰਿਹਾ, ਜਦੋਂ ਤੱਕ ਬਾਦਲ ਪਰਿਵਾਰ ਹੈ ਜੀ ਅਕਾਲੀ ਦਲ ਰਿਵਾਈਵ ਨਹੀਂ ਕਰੇਗਾ। ਇਸ ਤਰੀਕੇ ਦੇ ਬਿਆਨ ਕਹਿੰਦੀ ਆ ਕਿ ਜਦੋਂ ਗਾਂਧੀ ਪਰਿਵਾਰ, ਕਾਂਗਰਸ ਜਿਹੜੀ ਗਾਂਧੀ ਪਰਿਵਾਰ ਤੋਂ ਬਿਨਾਂ ਨਹੀਂ ਚੱਲ ਸਕਦਾ, ਸਿੱਧੀ ਸਪਸ਼ਟ ਗੱਲ ਆ। ਉਸੇ ਤਰ੍ਹਾਂ ਹੀ ਅਕਾਲੀ ਦਲ ਜਿਹੜਾ ਉਹ ਬਾਦਲ ਪਰਿਵਾਰ ਤੋਂ ਬਿਨਾਂ ਨਹੀਂ ਨਿਕਲ ਸਕਦਾ। 25 ਸਾਲ ਜਿਹੜਾ ਮੁੱਖ ਮੰਤਰੀ ਰਹਿ ਗਿਆ, ਜਿਹਨੇ ਆਪਣੀ ਲਾਈਫ ਦਾ ਪੂਰੀ ਦੀ ਪੂਰੀ ਜ਼ਿੰਦਗੀ ਅਕਾਲੀ ਦਲ 'ਚ ਲਾ ਦਿੱਤੀ, ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਲੋਕਾਂ ਦੇ ਅਕਾਲੀ ਦਲ ਦੇ ਮਨਾਂ 'ਚੋਂ ਕੱਢਣਾ ਬਹੁਤ ਮੁਸ਼ਕਲ ਹੈ। ਵੈਕਿਊਮ ਦੀ ਵਜ੍ਹਾ ਦੇ ਨਾਲ ਤੁਹਾਨੂੰ ਲੱਗਦਾ ਸਰਬਜੀਤ ਖਾਲਸਾ ਅਤੇ ਅੰਮ੍ਰਿਤਪਾਲ ਜਿੱਤੇ? ਬਿਲਕੁਲ, ਇਹ ਉਹਨਾਂ ਦੀ ਗਲਤੀ ਆ ਅਕਾਲੀ ਦਲ ਦੀ ਜੀ, ਇਹ ਲੀਡਰਸ਼ਿਪ ਠੀਕ ਨਹੀਂ ਦੇ। ਉਹਨਾਂ ਦਾ ਜਿੱਤਣਾ ਕੀ ਸਿਆਸਤ ਨੂੰ ਕਿਸੇ ਪਾਸੇ ਲੈ ਕੇ ਜਾ ਰਿਹਾ ਜਾਂ ਪੰਜਾਬ ਨੂੰ ਕਿਸੇ ਪਾਸੇ ਲੈ ਕੇ ਜਾ ਰਿਹਾ? ਬੜੀਆਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਵਾਕਈ ਬੜੀ ਸੋਚਣ ਵਾਲੀ ਗੱਲ ਆ, ਔਰ ਸਾਰੇ ਪੰਜਾਬੀਆਂ ਲਈ ਇਹ ਥੋੜ੍ਹੀ ਜਿਹੀ ਖਤਰੇ ਵਾਲੀ ਵੀ ਗੱਲ ਆ। ਅੰਮ੍ਰਿਤਪਾਲ ਦਾ ਜਿੱਤਣਾ ਖਤਰੇ ਵਾਲੀ ਗੱਲ ਹੈ? ਮੈਂ ਸਾਰਿਆਂ ਦੀ ਗੱਲ ਕਰਦਾ ਕਿ ਉਹਦਾ ਨਹੀਂ, ਪਰ ਇਹਦੇ ਵਿੱਚ ਮੈਂ ਇਹ ਵੀ ਗੱਲ ਕਰਦਾ ਕਿ ਜਿਹੜੀ ਅਕਾਲੀ ਲੀਡਰਸ਼ਿਪ ਨਹੀਂ ਦੇ ਸਕੀ ਜੀ, ਜੇ ਉਹ ਠੀਕ ਆਪਣੇ ਆਪ ਨੂੰ ਪਰਫੋਰਮ ਕਰਦੇ, ਲੋਕਾਂ 'ਚ ਵਿਸ਼ਵਾਸ ਪੈਦਾ ਕਰਦੇ
ਧੋਪੇ ਜਾਣ ਦੀ ਕੋਸ਼ਿਸ਼ ਕਰਦੇ। ਸਾਡੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹ ਜਦੋਂ ਰੋਡ ਸ਼ੋਅ ਵੀ ਕਰਦੇ ਉੱਥੇ ਛਤਰੀ ਲਾ ਕੇ ਕਰਦੇ ਸੀ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜੇਲ੍ਹ ਤੋਂ ਜਾਣ ਤੋਂ ਵੀ ਨਹੀਂ ਸੀ ਡਰਿਆ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਰਫ ਟਫ 'ਤੇ ਪੰਜਾਬ 'ਚ ਹੋਣਾ ਪਏਗਾ। ਔਰ ਗੱਲ ਮੈਂ ਬੇਸ਼ੱਕ ਕਾਂਗਰਸੀ ਹਾਂ ਪਰ ਮੈਂ ਪਹਿਲਾਂ ਸਿੱਖ ਵੀ ਹਾਂ, ਮੈਨੂੰ ਆਪਣਾ ਧਰਮ ਪਿਆਰਾ, ਅਤੇ ਧਰਮ ਤੋਂ ਬਿਨਾਂ ਕੋਈ ਗੱਲ ਨਹੀਂ ਬਣਦੀ। ਉਸ ਕਰਕੇ ਅਕਾਲੀ ਦਲ ਨੂੰ ਇਹ ਵੀ ਟੈਂਪਰੇਰੀ ਫੇਜ਼ ਆ ਜਿਹੜਾ ਇਹ ਤੁਸੀਂ ਟਾਰ ਗਏ, ਇਹਨੂੰ ਆਪਾਂ ਉਹ ਨਾ ਕਰੀਏ ਕਿ ਪਤਾ ਨਹੀਂ ਇਹ ਕੀ ਹੋ ਗਿਆ। ਇਹ ਦੋ ਜਿਹੜੇ ਜ਼ਿਲ੍ਹੇ ਨੇ ਉੱਥੋਂ ਉਦੋਂ ਤਰਨ ਤਾਰਨ ਤੋਂ ਵੀ ਆਪਣੇ ਜਿੱਤੇ ਸੀ ਸਿਮਰਨਜੀਤ ਸਿੰਘ ਮਾਨ, ਇਨਫੈਕਟ ਉਹ ਵੀ ਉਸ ਸਮੇਂ ਜੇਲ੍ਹ 'ਚ ਸੀ। ਬਿਲਕੁਲ, ਤੋ ਇਸ ਕਰਕੇ ਬੜੇ ਜਿਹੜੇ ਮਾਝੇ ਵਾਲੇ ਬੜੇ ਇਮੋਸ਼ਨਲ ਨੇ, ਅਤੇ ਔਰ ਇਹ ਆਪਣੇ ਜਿੱਥੇ ਕਿਹਨੂੰ ਵੇਚ ਦੇਣ ਕਿ ਧੱਕਾ ਹੁੰਦਾ ਜਾਂ ਕੋਈ ਗਲਤ ਹੋਈ ਆ ਉੱਥੇ ਖਲੋਤੇ। ਇਹ ਪੋਲਰਾਈਜੇਸ਼ਨ ਦਾ ਨਤੀਜਾ, ਇਹ ਪੋਲਰਾਈਜੇਸ਼ਨ ਦਾ ਨਤੀਜਾ। ਠੀਕ ਹੈ, ਚਲੋ ਆਪਾਂ ਸਾਡੇ ਨਾਲ ਨਿਊਜ਼ ਰੂਮ 'ਚ ਸਾਡੇ ਕੋਲ ਸਹਿਯੋਗੀ ਜੁੜਨਗੇ, ਮੈਂ ਉਹਨਾਂ ਤੋਂ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗਾ। ਵਿਨੇਸ਼ ਰੰਧਾਵਾ ਸਾਹਿਬ, ਦੇਖੋ ਹੁਣ ਜੇ ਪੰਜਾਬ ਕਾਂਗਰਸ ਦੀ ਆਪਾਂ ਗੱਲ ਕਰੀਏ ਤਾਂ ਸੁਖਜਿੰਦਰ ਰੰਧਾਵਾ ਜਿੱਤ ਕੇ ਐਮ ਪੀ ਬਣ ਗਏ, ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਉਹ ਜਿੱਤ ਕੇ ਐਮ ਪੀ ਬਣ ਗਏ, ਅਤੇ ਪ੍ਰਤਾਪ ਸਿੰਘ ਬਾਜਵਾ ਆਲਰੇਡੀ ਸੀ ਐਲ ਪੀ ਹੈ, ਚੰਨੀ ਸਾਹਿਬ ਇੱਕ ਬਹੁਤ ਤਕੜੇ ਮਾਰਜਨ ਨਾਲ ਜਿੱਤ ਗਏ। ਅਤੇ ਹੁਣ ਮੇਰਾ ਸਵਾਲ ਇਹ ਹੈ ਕਿ ਹੁਣ ਪੰਜਾਬ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ, ਸਭ ਤੋਂ ਕੱਦਾਵਰ ਲੀਡਰ ਕੌਣ ਹੈ, ਇਹਨਾਂ ਚਾਰਾਂ 'ਚੋਂ ਜੇ ਗੱਲ ਕਰੀਏ? ਵੇਖੋ, ਜਿੰਨੀ ਦੇਰ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਦਾ ਪ੍ਰੈਜੀਡੈਂਟ ਹੁੰਦਾ ਉਹ ਸਭ ਤੋਂ ਵੱਡਾ ਲੀਡਰ ਹੁੰਦਾ, ਉਹਦੇ ਥੱਲੇ ਹੀ ਸਾਰੇ ਬੈਠਦੇ ਆ, ਉਹਦੀ ਕਮਾਂਡ ਚੱਲੇਗੀ ਜਿੰਨਾ ਦੇ ਜਿਹੜਾ ਪ੍ਰੈਜੀਡੈਂਟ ਉਹ ਚੱਲੇਗਾ। ਮੇਰਾ ਕੁਐਸਚਨ ਇਹ ਸੀ ਕਿ ਜੇ ਕੱਦਾਵਰ ਲੀਡਰ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਤੁਸੀਂ ਕਿਹਨੂੰ ਮੰਨਦੇ ਹੋ? ਉਹ ਨੈਸ਼ਨਲ ਲੈਵਲ 'ਤੇ ਉਹ ਨਹੀਂ ਆਪਾਂ ਕਰ ਸਕਦੇ, ਆਪਾਂ ਸਟੇਟ ਦੀ ਕਰਦੇ ਹਾਂ ਕਿ ਜਿੰਨੀ ਦੇਰ ਜਿਹੜਾ ਪ੍ਰੈਜੀਡੈਂਟ ਆ ਉਹੀ ਲੀਡਰ ਹੁੰਦਾ, ਅਤੇ ਉਹਦੇ ਬਾਅਦ ਜਦੋਂ ਹੋਏਗਾ ਉਦੋਂ ਦੇਖਾਂਗੇ। ਤੁਸੀਂ ਬਚਣਾ ਚਾਹੁੰਦੇ ਹੋ ਮਤਲਬ ਜਵਾਬ ਤੋਂ? ਹੈਂ, ਤੁਸੀਂ ਬਚਣਾ ਚਾਹੁੰਦੇ ਹੋ ਜਵਾਬ ਤੋਂ? ਬਚਣਾ, ਮੈਂ ਤਾਂ ਕਲੀਅਰ ਕੱਟ ਕਿਹਾ ਕਿ ਜਿੰਨਾ ਚਿਰ ਸਾਡਾ ਜਿਹੜਾ ਪ੍ਰੈਜੀਡੈਂਟ ਉਹ ਪ੍ਰੈਜੀਡੈਂਟ ਆ, ਪ੍ਰੈਜੀਡੈਂਟ ਉਹ ਪ੍ਰੈਜੀਡੈਂਟ ਹੈ। ਦੇਖੋ, ਮੈਨੂੰ ਲੱਗਦਾ ਉਹ ਘੁੰਮ ਫਿਰ ਕੇ ਪੁੱਛਣਾ ਚਾਹੁੰਦੇ ਨੇ 27 ਦਾ ਚਿਹਰਾ ਕੌਣ? 27 ਜਦੋਂ ਆਏਗਾ, 27 ਜਦੋਂ ਆਏਗਾ ਉਦੋਂ ਕਰਾਂਗੇ। ਆਈ ਖੜੀ ਹੈ 24 ਲੱਗੀ ਚਿਹਰਾ ਜੀ, ਉਹ ਤੇ ਚਿਹਰਾ ਹੁਣ ਮੈਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਸੁਖਜਿੰਦਰ ਸਿੰਘ, ਮੈਨੂੰ ਆਪ ਨੂੰ ਨਹੀਂ ਸੀ ਪਤਾ ਜੀ ਕਿ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਇਲੈਕਸ਼ਨ ਲੜੇਗਾ, ਅਤੇ ਜਦੋਂ ਮਾਇੰਡ 'ਚ ਜਿਹੜੀ ਚੀਜ਼ ਨਾ ਹੋਵੇ ਉਹਦਾ ਪਹਿਲਾਂ ਜਵਾਬ ਨਹੀਂ ਦਿੱਤਾ ਜਾਂਦਾ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਲੈਕਸ਼ਨ ਤੋਂ ਪਹਿਲਾਂ, ਹਾਈ ਕਮਾਂਡ ਸੋਚਦਾ ਕਿਹਨੂੰ ਪ੍ਰੈਜੀਡੈਂਟ ਬਣਾਉਣਾ, ਕਿਹਨੂੰ ਕੀ ਕਰਨਾ, ਕਿਹਨੂੰ ਕੰਪੇਨ ਕਮੇਟੀ ਬਣਾਉਣੀ ਆ, ਉਦੋਂ ਆਉਂਦੀਆਂ। ਸਾਡੀ ਪਾਰਟੀ ਡਿਸਿਪਲਨ ਪਾਰਟੀ ਆ, ਰੀਜਨਲ ਪਾਰਟੀ ਤਾਂ ਹੈ ਨਹੀਂ ਕਿ ਪਹਿਲਾਂ ਹੀ ਉਹਨੂੰ ਅਨਾਊਂਸ ਕਰ ਦਾਂਗੇ। ਦੇਖੋ ਰੰਧਾਵਾ ਸਾਹਿਬ, ਮੇਰਾ ਇੱਕ ਹੋਰ ਸਵਾਲ ਹੈ ਕਿ ਇੱਕ ਇਲੈਕਸ਼ਨ ਤਾਂ ਡਿਕਲੇਅਰ ਹੋ ਗਿਆ ਜਲੰਧਰ ਵੈਸਟ, 4 ਬਾਏ ਇਲੈਕਸ਼ਨ ਇਸ ਤੋਂ ਬਾਅਦ ਵੀ ਹੈ ਜਿਹਦੇ ਵਿੱਚ ਇੱਕ ਤੁਹਾਡੀ ਸੀਟ ਵੀ ਹੈ ਡੇਰਾ ਬਾਬਾ ਨਾਨਕ, ਅਤੇ 2 ਸੀਟਾਂ ਬੜੀਆਂ ਇੰਟਰਸਟਿੰਗ ਹੈ। ਚਰਚਾ ਇਹ ਚੱਲ ਰਹੀ ਹੈ ਕਿ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦਾ ਮਾਝੇ ਦਾ ਜਨਰਲ ਮਰਜ਼ੀ ਹੈ ਸੁਖਜਿੰਦਰ ਸਿੰਘ ਰੰਧਾਵੇ ਦਾ ਪਰਿਵਾਰ ਉੱਥੋਂ ਜਿੱਤੇਗਾ ਅਤੇ ਆਪਣੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ, ਭਾਵੇਂ ਬਿਕਰਮ ਮਜੀਠੀਆ ਲੜ ਲਏ, ਜਿਹੜਾ ਮਰਜ਼ੀ ਆ ਜੇ, ਭਾਵੇਂ ਸੁਖਵੀਰ ਬਾਦਲ ਆ ਜੇ। ਤੁਸੀਂ ਖਬਰ ਇਹ ਦੇ ਰਹੇ ਹੋ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਪਰਿਵਾਰ ਡੇਰਾ ਬਾਬਾ ਨਾਨਕ ਲੜੇਗਾ? ਮੈਂ ਕਿਹਾ ਪਰਿਵਾਰ ਜਿੱਤੇਗਾ, ਉਹ ਮੇਰਾ ਸਾਰਾ ਪਰਿਵਾਰ ਆ ਡੇਰੇ 'ਚ। ਤੁਸੀਂ ਦੇਖਿਓ, ਤੁਸੀਂ ਕਿਸੇ ਘਰ ਚਲੇ ਜਾਓ ਜੀ, ਉੱਥੇ ਉਹਨਾਂ ਪੁੱਛੋ ਕਿ ਤੁਸੀਂ ਕਿਹਦੇ ਪਰਿਵਾਰ ਕਿਹੜੇ ਹੋ। ਤੁਸੀਂ ਗੱਲ ਨੂੰ ਘੁਮਾ ਗਏ ਹੁਣ, ਤੁਸੀਂ ਬੜਾ ਕਲੀਅਰ ਕਿਹਾ ਕਿ ਰੰਧਾਵਾ ਦਾ ਪਰਿਵਾਰ ਜਿੱਤੇਗਾ। ਮੇਰੀ ਇੱਕ ਮਿੰਟ ਸੁਣ ਲਓ, ਇਹ ਫਿਰ ਰੰਧਾਵਾ ਦਾ ਪਰਿਵਾਰ ਤਾਂ ਪੂਰਾ ਗੁਰਦਾਸਪੁਰ ਹੈ, ਉੱਥੇ ਉਹ ਬੀਜੇਪੀ ਵਾਲੇ ਵੀ ਘੁੰਮਦੇ ਆ, ਉੱਥੇ ਆਮ ਆਦਮੀ ਪਾਰਟੀ ਵਾਲੇ ਵੀ ਘੁੰਮਦੇ ਆ। 69 ਤੋਂ ਜੀ ਸਾਡਾ ਪਰਿਵਾਰ ਉੱਥੋਂ ਇਲੈਕਸ਼ਨ ਲੜਦਾ ਆ ਰਿਹਾ, ਅਤੇ ਉੱਥੇ ਤੁਸੀਂ ਕਿਸੇ ਪਿੰਡ 'ਚ ਜਾਓ, ਮੰਮਣ ਪਿੰਡ 'ਚ ਗਿਆ ਜੀ, ਅਤੇ ਉੱਥੇ ਉਹਨਾਂ ਦਾ, ਉਹਨਾਂ ਦੀ 4th ਜਨਰੇਸ਼ਨ ਜੀ, ਉਹ ਮੁੰਡਾ 22 ਸਾਲ ਦਾ ਸੀ, ਉਹ ਕਹਿੰਦੇ ਸਾਡੀ 4th ਪੀੜ੍ਹੀ ਚੱਲ ਪਈ ਤੁਹਾਡੇ ਨਾਲ। ਤੁਹਾਡੇ ਪਰਿਵਾਰ 'ਚ ਕਿਸੇ ਨੂੰ ਟਿਕਟ ਤੁਸੀਂ ਕਰੋਗੇ ਟਰਾਈ ਤੁਹਾਡੀ ਵਾਈਫ ਵਾਸਤੇ? ਇਹ ਹਾਈ ਕਮਾਂਡ ਜੇ ਉਹਨਾਂ ਨੇ ਟਿਕਟ ਦਿੱਤੀ ਡਿਨਾਈ ਹੋਏਗਾ ਕਿ ਨਹੀਂ, ਤੁਹਾਨੂੰ ਲੱਗਦਾ ਕਿ ਪਰਿਵਾਰ ਰੈਡੀ ਹੈ ਜੇ ਤੁਹਾਡੀ ਵਾਈਫ ਨੂੰ ਟਿਕਟ ਰੈਡੀ ਹੋ ਗਿਆ ਸੀ ਜੀ? ਅਤੇ ਇਹ ਵੇਖੋ, ਕਾਂਗਰਸ ਹਾਈ ਕਮਾਂਡ, ਤੁਸੀਂ ਖਬਰ ਨਹੀਂ ਦੇ ਰਹੇ ਮੈਨੂੰ? ਨਹੀਂ ਨਹੀਂ, ਵੇਖੋ ਇਹ ਤਾਂ ਉਹਨਾਂ ਨੇ ਕਰਨੇ, ਡਿਸਾਈਡ ਹਾਈ ਕਮਾਂਡ ਨੇ ਕਰਨਾ ਜੀ, ਜਿਹਨੂੰ ਦੇਣਗੇ ਟਿਕਟ, ਪਰ ਮੇਰਾ ਪਰਿਵਾਰ ਸਾਰਾ ਨਾਲ ਚੱਲੂ।
ਤੁਸੀਂ ਰਾਜਸਥਾਨ ਦੇ ਇੰਚਾਰਜ ਦੇ ਵਜੋਂ ਵੀ ਜ਼ਿੰਮੇਵਾਰੀ ਨਿਭਾਈ ਉੱਥੇ ਪਰਫਾਰਮੈਂਸ, ਸਾਡੇ ਨਾਲ ਭਾਵਨਾ ਹੈ ਇਹ ਰਾਜਸਥਾਨ ਕੋਟਾ ਤੋਂ ਹੈ मैं आपको डबल कॉन्ग्रेचुलेट करूंगी। राजस्थान में भी 2019 के मुकाबले कांग्रेस ने बहुत अच्छा परफॉर्म किया है, 8 सीटें अच्छी मानी जाती हैं। आप अभी ऑक्सफोर्ड यूनिवर्सिटी में सचिन पायलट का बहुत अच्छा सा स्पीच है, उन्होंने बड़ी अच्छी बातें की 2024 के इलेक्शन को लेकर। आप सचिन पायलट की फ्यूचर को कैसे देख रहे हैं राजस्थान के अंदर? देखिए मेरे लिए सभी लीडर वहाँ बराबर है। क्या आप सचिन पायलट को आने वाला राजस्थान का मुख्यमंत्री देख रहे हैं? नहीं कहूँगा, वहाँ के PCC प्रेसिडेंट ने बहुत अच्छा परफॉर्म किया है। सचिन पायलट जी वहाँ छत्तीसगढ़ के थे और जहाँ वहाँ की इलेक्शन वहाँ के प्रेसिडेंट CLP और पूरी कांग्रेस, इवन बाड़मेर में भी, उसमें सुनिए, उसमें हरीश चौधरी भी आते हैं, उसमें अशोक गहलोत भी आते हैं, उसमें सचिन पायलट भी आते हैं, उसमें टीकाराम जूली भी आते हैं, उसमें जो हमारे डोटासरा प्रेसिडेंट हैं वो भी आते हैं, उसमें जो हमारे भंवर जितेंद्र सिंह जी हैं वो सब भी आते हैं, सभी को मैं क्रेडिट देता हूँ। तो फिर आप बताइए कि आप पायलट को मुख्यमंत्री बनने के लिए कितना और वेट करना पड़ सकता है? मेरी बात सुनिए, ये मुख्यमंत्री मैंने नहीं बनाना और पता नहीं 5 साल को इलेक्शन है, उस टाइम मैं वहाँ का इंचार्ज रहूँगा या नहीं रहूँगा। ਤੁਸੀਂ ਰਾਜਸਥਾਨ ਦਾ ਜ਼ਿਕਰ ਕਰਤਾ, ਪੰਜਾਬ ਦਾ ਜ਼ਿਕਰ ਕਰਤਾ, ਤੁਹਾਨੂੰ ਲੱਗਦਾ ਕਿ 1-2 ਸੀਟਾਂ ਹੋਰ ਆਉਣੀਆਂ ਚਾਹੀਦੀਆਂ ਸੀ, ਕਿਉਂ ਨਹੀਂ ਆਈਆਂ ਸੀਟਾਂ ਦੀ ਵੰਡ? ਮੈਂ ਜ਼ਿਕਰ ਕਰ ਰਿਹਾ, ਦੇਖੋ ਹੁਸ਼ਿਆਰਪੁਰ ਦੀ ਸੀਟ ਦਾ, ਉਸ ਤੋਂ ਬਾਅਦ ਚਾਹੇ ਤੁਹਾਡੀ ਸੰਗਰੂਰ ਦੀ ਸੀਟ ਹੋਵੇ, ਬਹੁਤ ਚਰਚਾ ਹੋਈ ਸੰਗਰੂਰ ਦੀ ਸੀਟ ਨੂੰ ਲੈ ਕੇ ਨਾ, ਪਰ ਪਰਫਾਰਮੈਂਸ ਨਹੀਂ ਸੀ ਉਸ ਤਰੀਕੇ ਦੀ ਔਰ ਬਹੁਤ ਵੱਡੀ ਲੀਡ ਨਾਲ ਮੀਥੇਅਰ ਉੱਥੇ ਜਿੱਤ ਗਏ। ਬਿਲਕੁਲ ਪਤਾ ਨਹੀਂ ਉਹ ਵੈਸੇ ਸਮਝਦੇ ਕਿ ਜਿਸ ਤਰੀਕੇ ਨਾਲ ਔਰਾ ਸੀਗਾ ਆਪਣਾ ਸੁਖਪਾਲ ਸਿੰਘ ਖਹਿਰਾ ਦਾ, ਉਹ ਪਤਾ ਨਹੀਂ ਕਿੱਥੇ ਕੀ ਗੱਲ ਹੋ ਗਈ ਉਹਦੀ, ਮੈਨੂੰ ਅਜੇ ਹੁਣ ਬੈਠ ਕੇ ਕਰਾਂਗੇ ਕਿਉਂਕਿ ਆਪ ਵੀ ਇਲੈਕਸ਼ਨ 'ਚ ਅਸੀਂ ਲੱਗੇ ਰਹੇ ਜੀ, ਅਤੇ ਇਹਦੇ ਬਾਰੇ ਜ਼ਰੂਰ ਸੋਚਣਾ ਪਏ। ਸਿੱਧੂ ਮੂਸੇਵਾਲਾ ਦੇ ਪਿਤਾ ਦੇ ਕੈਂਪੇਨ ਕਰਨਾ ਕੋਈ ਫਾਇਦੇਮੰਦ ਜ਼ਿਆਦਾ ਸੁਖਪਾਲ ਖਹਿਰਾ ਜਾਂ ਫਿਰ ਜੀਤਮਿੰਦਰ ਸਿੱਧੂ ਦੇ ਲਈ ਨਹੀਂ ਹੋਇਆ? ਨਹੀਂ, ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਦੀ ਜਿਹੜੀ ਗੱਲ ਸੀ ਕਿ ਜਿਹੜੇ ਇਹ ਜੇ ਆਪਾਂ ਕਹਿੰਦੇ ਹਾਂ ਕਿ ਨਹੀਂ ਫਾਇਦਾ ਜੀ, ਉਹ ਫਾਇਦਾ ਜ਼ਰੂਰ ਸੀ, ਉਹ ਮੇਰਾ ਖਿਆਲ ਹੈ ਕਿ ਉਹਦੇ ਮਨ 'ਚ ਦਰਦ ਹੁੰਦਾ ਸੀ ਕਿ ਜਿਹੜਾ ਆਪਣੇ ਬੇਟੇ ਲਈ ਇਨਸਾਫ ਕਰਨ ਲਈ ਤੁਰਿਆ ਫਿਰਦਾ, ਕਿਸੇ ਦਾ ਬੇਟਾ ਮੇਰਾ ਵੀ ਹੋਵੇ, ਕੋਈ ਗਲਤ ਗੱਲ ਹੋਏ ਤਾਂ ਮੈਂ ਵੀ ਜਾ ਕੇ ਜਾਵਾਂਗਾ। ਠੀਕ ਹੈ, ਪਰ ਇਹਦੇ 'ਚ ਜੀਤਮਿੰਦਰ ਦੇ ਜਿਹੜਾ ਇਹ ਕਰਨਾ ਵਾਕਈ ਬੜੀ ਫਾਈਟ ਜਿਹੜੀ ਆ, ਇਹ ਕਾਂਗਰਸ ਨੂੰ ਦੁਬਾਰਾ ਸੋਚਣਾ ਪਏਗਾ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਕਿਉਂ ਹਾਰੇ। ਔਰ ਜੀਤਮਿੰਦਰ ਸਿੱਧੂ ਨੂੰ ਜਿਸ ਦਿਨ ਟਿਕਟ ਮਿਲੀ ਉਸੇ ਦਿਨ ਲੋਕ ਕਹਿਣ ਲੱਗ ਪਏ ਜੀ ਪਤਾ ਨਹੀਂ ਕੀ ਹੋ ਗਿਆ, ਕਿਵੇਂ ਕਰਦਾ, ਕੀ ਹੋ ਗਿਆ, ਇੱਕ ਇਮੇਜ ਬਣ ਗਈ, ਇੱਕ ਰੌਲਾ ਪੈ ਗਿਆ, ਧਾਰਨਾ ਜੀ ਬਣ ਗਈ ਕਿ ਨਹੀਂ ਮਜ਼ਬੂਤ ਨਹੀਂ ਦਿੱਤਾ, ਸੈਟਿੰਗ ਕਰ ਲਈ ਇਹਨਾਂ ਨੇ, ਧਾਰਨਾ ਬਣ ਗਈ। ਪਰ ਉਹ ਦੂਸਰੇ ਪਾਸੇ ਜੇ ਵੇਖੀਏ ਸੰਗਰੂਰ ਦੇ ਵਿੱਚ ਕਿ ਸਭ ਤੋਂ ਮਜ਼ਬੂਤ ਕੈਂਡੀਡੇਟ ਦਿੱਤਾ, ਉੱਥੇ ਇਹ ਬੜਾ ਸਾਨੂੰ ਸੋਚਣ ਦੀ ਲੋੜ ਹੈ, ਖਾਸ ਕਰਕੇ ਮਾਲਵੇ ਏਰੀਏ ਦੇ ਵਿੱਚ ਤੁਸੀਂ ਜਦੋਂ ਦੇਖੋਗੇ ਅੱਗੇ ਜਾ ਕੇ, ਤੇ ਮੇਰਾ ਖਿਆਲ ਹੈ ਕਿ ਇਹਨਾਂ ਦੇ ਕਈ ਮੰਤਰੀ ਹਾਰ ਗਏ, MLA ਹਾਰ ਗਏ, ਜਿਹੜਾ ਮੇਰੇ ਅਗੇਂਸਟ ਇਲੈਕਸ਼ਨ ਲੜਿਆ ਉਹ ਆਪਣੀ ਵਾਰਡ 'ਚੋਂ ਹੀ ਹਾਰ ਗਿਆ। ਸ਼ਹਿਰੀ ਗੱਲ ਸੀ, ਹਾਂ ਜੀ, ਉਹ ਆਪਣੀ ਵਾਰਡ 'ਚੋਂ ਹੀ ਹਾਰ ਗਿਆ। ਔਰ ਮੈਂ ਤੁਸੀਂ ਕਹਿੰਦੇ ਹੋ ਮੈਂ ਅੱਜ ਤੱਕ ਆਪਣੇ ਪਿੰਡ 'ਚੋਂ ਮੇਰੇ ਫਾਦਰ ਤੋਂ ਲੈ ਕੇ ਅੱਜ ਤੱਕ ਅਸੀਂ ਸਭ ਤੋਂ ਵੱਧ ਬਾਕੀ ਇਲਾਕੇ ਨਾਲੋਂ ਵੱਧ ਵੋਟਾਂ ਨੂੰ ਮੇਰਾ ਧਾਰੋਵਾਲੀ ਜਿੱਤਦਾ। ਅਤੇ ਯਾਰ ਜੇ ਆਪਣੇ ਘਰੋਂ ਹੀ ਅਸੀਂ ਮਜ਼ਬੂਤ ਹੋ ਕੇ ਨਹੀਂ ਚੱਲਾਂਗੇ, ਕਹਿੰਦੇ ਹੁੰਦੇ ਨਾ ਕਿ ਪੰਜਾਬੀ ਕਹਿੰਦੇ ਹੁੰਦੇ ਘਰੋਂ ਹੀ 10 ਡਾਂਗਾਂ ਲੈ ਕੇ ਜਦੋਂ ਚੱਲੋ, ਇਹੋ ਹੀ ਕਹਿੰਦੇ ਹੁੰਦੇ ਨਾ, ਅਤੇ ਜਦੋਂ ਮੇਰਾ ਪਿੰਡ ਹੀ ਤੁਰ ਪੈਂਦਾ ਅਤੇ ਲੱਗ ਲੱਗ ਜਿੰਨੇ 5-7 ਪਿੰਡ ਨੇ ਸਾਰੇ ਮੈਨੂੰ ਜਿਤਾ ਜਾਂਦੇ ਨੇ ਕਿ ਯਾਰ ਧਾਰੋਵਾਲੀ ਤੁਰੇ ਨੇ, ਅਤੇ ਸ਼ਿਕਾਰ ਮਾਸੀਆਂ ਵੀ ਜਿੱਤਦਾ ਨਾ, ਉਦੋਂ ਵਾਲੀਆਂ ਦੋਨੇ ਜਿੱਤ ਜਾਂਦੀਆਂ, ਹਵੇਲੀਆਂ ਵੀ ਜਿੱਤ ਜਾਂਦਾ, ਇਹਦੇ ਪਾਸੇ ਗਾਜੀ ਨੰਗਲ ਆ, ਉਹ 4-5 ਮੇਰੇ ਆਲੇ ਦੁਆਲੇ ਦੇ ਪਿੰਡ ਉਹੋ ਹੀ ਮੈਨੂੰ 13-1400 ਦੀ ਲੀਡ ਦੇ ਕੇ ਅੱਗੇ ਲੈ ਜਾਂਦੇ ਨੇ, ਤਾਂ ਇੰਨੀ ਲੀਡ ਜਿਹੜੀ ਕਿਸੇ ਕੋਲ ਟੁੱਟਦੀ ਨਹੀਂ। ਫਿਰ ਇੱਕ ਹੋਰ ਸਵਾਲ,
ਸਰ ਮੇਰਾ ਸਵਾਲ ਹੈ ਤੁਹਾਨੂੰ ਕਿ ਇੱਕ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੁਹਾਡੀ ਜਿੱਤ ਲਈ ਅਤੇ ਤੁਹਾਡੀ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਬਹੁਤ ਬਹੁਤ ਮੁਬਾਰਕਾਂ। ਅਤੇ ਜਿੱਦਾਂ ਪੰਜਾਬ ਦੇ ਵਿੱਚ ਓਪੋਜੀਸ਼ਨ ਦੇ ਵਿੱਚ ਰਹਿੰਦੇ ਹੋਏ ਵੀ ਬਹੁਤ ਵਧੀਆ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 7 ਸੀਟਾਂ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀਆਂ ਨੇ, ਪਰ ਇਸ ਦੇ ਉਲਟ ਜੇ ਦੇਖਿਆ ਜਾਵੇ ਤਾਂ ਇਲੈਕਸ਼ਨ ਤੋਂ ਪਹਿਲਾਂ ਇੱਕ ਦਲ ਬਦਲੀਆਂ ਦਾ ਦੌਰ ਜਿਹੜਾ ਚੱਲਿਆ ਉਸ 'ਚ ਪਾਰਟੀ ਦਾ, ਕਾਂਗਰਸ ਪਾਰਟੀ ਦਾ ਨਾਮ ਵੀ ਸ਼ੁਮਾਰ 'ਤੇ ਸੀ। ਬਹੁਤ ਸਾਰੇ ਵੱਡੇ ਜਿਹੜੇ ਆਗੂ ਨੇ ਉਹ ਛੱਡ ਕੇ ਹੋਰਨਾਂ ਪਾਰਟੀਆਂ ਵਿੱਚ ਜਾਣ ਨੂੰ ਉਹਨਾਂ ਨੇ ਤਰਜੀਹ ਦਿੱਤੀ, ਤਾਂ ਇਹਦਾ ਇੱਕ ਨੈਗੇਟਿਵ ਇੰਪੈਕਟ ਵੀ ਪੈ ਸਕਦਾ ਹੈ। ਹੋ ਸਕਦਾ ਜੇ ਇੱਦਾਂ ਨਾ ਹੁੰਦਾ ਤਾਂ ਪਾਰਟੀ ਦੇ ਹਿੱਸੇ ਹੋਰ ਸੀਟਾਂ ਆਉਂਦੀਆਂ ਪੰਜਾਬ 'ਚੋਂ। ਪਹਿਲਾਂ ਬੇਟਾ ਮੈਂ ਪਹਿਲਾਂ ਇਹਦਾ ਜਵਾਬ ਦੇ ਦਿੰਦਾ ਕਿ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਦਲ ਬਦਲੂ ਉਹਨਾਂ ਨੂੰ ਬਿਲਕੁਲ ਰਿਜੈਕਟ ਕਰਕੇ ਰੱਖ ਦਿੱਤਾ। ਜਿਹੜੇ 3-4 ਮੇਨ ਦਲ ਬਦਲੂ ਸੀ ਉਹਨਾਂ 'ਚੋਂ ਇੱਕ ਵੀ ਨਹੀਂ ਜਿੱਤਿਆ। ਨਹੀਂ ਤੁਹਾਡੇ ਵਾਲੇ ਪਾਸੇ ਜਿਹੜੇ ਆਏ ਉਹ ਜਿੱਤ ਗਏ ਪਟਿਆਲਾ? ਨਹੀਂ ਵੇਖੋ ਮੈਂ ਧਰਮਵੀਰ ਗਾਂਧੀ ਨੂੰ ਦਲ ਬਦਲੂ ਨਹੀਂ ਕਹਿੰਦਾ, ਉਹ ਇੱਕ ਨੈਸ਼ਨਲਿਸਟ ਜਿਹਾ ਬੰਦਾ, ਉਹ ਸੱਚੀ ਸੁੱਚੀ ਦੀ ਸੋਚ ਵਾਲਾ ਰੰਧਾਵਾ ਸਾਹਿਬ। ਇਹ ਠੀਕ ਹੈ, ਲੋਕ ਕਹਿਣਗੇ ਕਿ ਅੱਛਾ ਜਿਹੜਾ ਸਾਡੇ ਵਾਲੇ ਪਾਸੇ ਆਇਆ ਉਹ ਰਾਸ਼ਟਰਵਾਦੀ, ਜਿਹੜਾ ਹੋਰ ਪਾਸੇ ਚਲੇ ਗਿਆ ਉਹ ਦਲ ਬਦਲੂ। ਇੱਕ ਮੈਂ ਉਹਦਾ ਵੀ ਕਹਿ ਦੂੰਗਾ ਕਿ ਠੀਕ ਹੈ ਦਲ ਬਦਲੀ, ਮੈਨੂੰ ਇੱਕ ਚੀਜ਼ ਦੱਸੋ ਕਿ ਉਸ ਬੰਦੇ ਦਾ ਇੱਕ ਵੀ ਅੱਜ ਤੱਕ ਦਾ ਨੈਗੇਟਿਵ ਪੁਆਇੰਟ ਦੱਸ ਦਿਓ ਕਿ ਜਿਹੜੇ ਉਹਨੇ ਪੰਜਾਬ ਦੀ ਅਗੇਂਸਟ ਗੱਲ ਕੀਤੀ ਹੋਈ ਅਤੇ ਕਿਸੇ ਪਾਰਟੀ 'ਤੇ ਕੀਤੀ ਹੋਈ। ਠੀਕ ਹੈ, ਮੈਨੂੰ ਲੱਗਦਾ ਕੋਈ ਹੋਰ ਜੀ ਵੀ ਪੁਆਇੰਟ ਆ ਰਿਹਾ ਹੈ। ਪੰਜਾਬ ਵਿੱਚ ਅਤੇ ਨੈਸ਼ਨਲ ਲੈਵਲ 'ਤੇ ਕਾਂਗਰਸ ਨੇ ਬਹੁਤ ਵਧੀਆ ਕਮਬੈਕ ਕੀਤਾ ਹੈ ਨਾ, ਸਟਰੋਂਗ ਪਾਰਟੀ ਦੇ ਤੌਰ 'ਤੇ ਉੱਭਰੀ ਹੈ ਹੁਣ, ਤਾਂ ਬਤੌਰ MP ਔਰ ਇੱਕ ਪਾਰਟੀ ਦੇ ਵਜੋਂ ਕਾਂਗਰਸ ਦੀ ਕੀ ਵਿਉਂਤਬੰਦੀ ਰਹੂਗੀ ਕਿ ਪਾਰਟੀ ਹੋਰ ਮਜ਼ਬੂਤ ਹੋਵੇ ਅਤੇ ਆਉਣ ਵਾਲੇ ਮਤਲਬ ਕਮਿੰਗ ਫਿਊਚਰ ਦੇ ਵਿੱਚ ਹੋਰ ਸਟਰੋਂਗ ਹੋ ਕੇ ਉੱਭਰੇ, ਅਤੇ ਬਤੌਰ MP ਤੁਹਾਡਾ ਕੀ ਯੋਗਦਾਨ ਰਹਿਣ ਵਾਲਾ? ਦੇਖੋ ਮੇਰਾ ਤਾਂ ਜ਼ਿਆਦਾ ਇਹੀ ਰਹੇਗਾ ਕਿ ਪੰਜਾਬ ਦੀਆਂ ਜਿਹੜੀਆਂ, ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆ, ਸਾਨੂੰ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਰਿਕੁਐਸਟ ਵੀ ਕਰਦਾ ਕਿ ਆਪਾਂ ਹੁਣ ਸਟੇਟ ਦੀ ਬਜਾਏ ਸਟੇਟ 'ਚ ਆ ਜਾਈਏ, ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ 'ਚ ਪ੍ਰਚਾਰ ਕੀਤਾ, 13 ਪੰਜਾਬ ਦੀਆਂ ਹੈਗੀਆਂ, ਇੱਕ ਚੰਡੀਗੜ੍ਹ ਦੀ ਵੀ ਹੈਗੀ, ਉਹ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਵਾਲੀ ਤਾਂ ਕਾਂਗਰਸ ਦੀ ਸੀਟ ਆ ਜਿਹੜੀ ਤੁਸੀਂ ਆਪਣੇ 'ਚ ਲੈ ਗਏ ਹੋ, ਉਹ ਸਾਨੂੰ 45 ਆ ਗਈਆਂ, ਕਿੱਥੋਂ 45 ਆਉਣੀਆਂ ਨੇ? ਇਹਨਾਂ ਚੀਜ਼ਾਂ ਨੂੰ ਛੱਡ ਕੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ, RDF ਕਿਉਂ ਨਹੀਂ ਆ ਰਿਹਾ, ਪੰਜਾਬ ਦੀਆਂ ਕਿਉਂ ਡਿਵੈਲਪਮੈਂਟ ਰੁਕੀ ਆ, ਪੰਜਾਬ ਨੂੰ ਕਿਉਂ ਨਹੀਂ ਗਵਰਨਮੈਂਟ ਆਫ ਇੰਡੀਆ ਜਿਹੜੀ ਪੂਰਾ ਕੰਪਨਸੇਟ ਕਰ ਰਹੀ, ਕਿਉਂ ਪਾਕਿਸਤਾਨ 'ਚੋਂ ਡਰੋਨ ਆ ਰਹੇ ਨੇ, ਕਿਉਂ 50 ਕਿਲੋਮੀਟਰ ਤੱਕ BSF ਉਠਾਈ ਆ ਅਤੇ ਅਸੀਂ ਉਹਦੇ 'ਤੇ ਕੰਟਰੋਲ ਨਹੀਂ ਕਰ ਸਕੇ, ਉਹਦੇ 'ਤੇ ਡਰੱਗ ਦੇ ਉੱਪਰ? ਇਹ ਚੀਜ਼ਾਂ ਜਿਹੜੀਆਂ ਨੇ ਉੱਥੇ ਕਰਨੀਆਂ ਪੈਣੀਆਂ। ਕਿਉਂ ਜਿਹੜੇ ਉਹ ਸਾਹਮਣੇ ਬੈਠੇ ਨੇ ਮੰਤਰੀ ਜੀ ਨਵੇਂ ਬਣੇ, ਜਿਹੜੇ ਫੂਡ ਪ੍ਰੋਸੈਸਿੰਗ ਮਿਨਿਸਟਰ ਸੀਗੇ ਬਣੇ, ਹੁਣ ਕਹਿੰਦੇ ਜੀ ਮੈਂ ਮਿਨਿਸਟਰ ਆਫ ਸਟੇਟ ਫਾਰ ਫੂਡ ਪ੍ਰੋਸੈਸਿੰਗ। ਇਹ ਬਿੱਟੂ ਆਪ ਸਾਨੂੰ ਕਹਿੰਦਾ ਹੁੰਦਾ ਸੀ, ਕਹਿੰਦਾ ਹੁੰਦਾ ਸੀ ਹਰਸਿਮਰਤ ਕੌਰ ਬਾਦਲ ਨੂੰ ਕਦੇ ਸਟੇਟਮੈਂਟ ਵੀ ਹੋਣੀ ਆ, ਉਹ ਕੱਢ ਤੋਂ ਹੀ ਕਹਿੰਦਾ ਹੁੰਦਾ ਤੇ ਇਹ ਚਾਰ ਚਟਣੀਆਂ ਵਾਲੀ ਮੰਤਰੀ ਆ ਅਤੇ ਇਹ ਹੁਣ ਆਪ ਨਾਲ ਸੌਸ ਵੀ ਲੈ ਕੇ ਆਏਗਾ, ਰੇਲਵੇ ਵੀ ਮਿਲਿਆ ਉਹਨਾਂ ਨੂੰ ਨਾਲ। ਇਹੋ ਜਿਹੀਆਂ ਗੱਲਾਂ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ। ਚਲੋ ਉਹ ਤਾਂ ਇੰਡੀਪੈਂਡੈਂਟ ਮੰਤਰੀ ਸੀ, ਇਹ ਤਾਂ ਮੰਤਰੀ ਦੇ ਥੱਲੇ ਮੰਤਰੀ ਲਾ ਦਿੱਤਾ ਜਿਹਦੇ ਕੋਲ ਫਾਈਲ ਹੀ ਕੋਈ ਨਹੀਂ ਜਾਂਦੀ ਮਿਨਿਸਟਰ ਆਫ ਸਟੇਟ ਕੋਲ। ਤੋ ਇਹ ਜਿਹੜੀਆਂ ਚੀਜ਼ਾਂ ਨੇ, ਸਭ ਤੋਂ ਉੱਤੇ ਜਿਹੜੀ ਬੇਟਾ ਤੁਸੀਂ ਗੱਲ ਕੀਤੀ ਕਿ ਦਲ ਬਦਲੀ ਇਹਨੇ ਕੀਤੀ, ਪਰ ਇਹਨੂੰ ਰਿਵਾਰਡ ਬਹੁਤ ਦੇ ਦਿੱਤਾ BJP ਨੇ, ਅਤੇ ਇਹ ਇੱਕ ਬ੍ਰਾਈਬ ਇੱਕ ਕਿਸਮ ਦੀ ਕਿ ਉਹਨਾਂ ਨੇ ਇਹ ਕੀਤਾ ਕਿ ਜਿਹੜਾ ਦਲ ਬਦਲੀ ਕਰੇਗਾ ਉਹਨੂੰ ਹੋਰ ਰਿਵਾਰਡ ਕਰਾਂਗੇ, ਇਹ ਉਹਨਾਂ ਰਿਵਾਰਡੀਆਂ 'ਚ ਆਉਂਦਾ। ਔਰ ਉਹਦੇ 'ਚ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਉਸ ਸਾਹਮਣੇ ਨਾਲ ਹੀ ਬੈਠੇ ਸੀ ਪ੍ਰੈਸ ਕਾਨਫਰੰਸ 'ਚ ਸ਼੍ਰੀਮਾਨ BJP ਦੇ ਪ੍ਰੈਜੀਡੈਂਟ ਸਾਹਿਬ, ਪਰ ਉਹਨਾਂ ਨੂੰ ਮੈਂ ਇੱਕ ਤੁਹਾਡੇ ਰਾਹੀਂ ਪਹਿਲਾਂ ਵੀ ਤੁਸੀਂ ਮੇਰੇ ਖਿਆਲ ਚਲਾ ਦਿੱਤੇ, ਮੈਂ ਉਹਨਾਂ ਟਵੀਟ ਵੀ ਕੀਤਾ ਸੀ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅੱਜ ਹਿੰਦੂਇਜ਼ਮ ਤੁਹਾਡਾ ਕਿੱਥੇ ਗਿਆ? ਅੱਜ ਤੁਹਾਡਾ ਦਿਲ ਕਿਉਂ ਨਹੀਂ ਫਟਿਆ ਕਿ ਸੁਨੀਲ ਜਾਖੜ ਨੂੰ ਮੰਤਰੀ ਨਹੀਂ ਬਣਾਇਆ? ਉਹ ਵੀ ਇੱਕ ਹਾਰੇ ਬੰਦੇ ਨੂੰ ਬਣਾਇਆ, ਅਤੇ ਤੁਸੀਂ ਤਾਂ ਜਨਾਬ BJP ਦੇ ਪ੍ਰੈਜੀਡੈਂਟ ਸੀ, ਤੁਹਾਡਾ ਤਾਂ ਵੱਧ ਰਾਈਟ ਬਣਦਾ ਸੀ, ਅਤੇ ਇਹਦਾ ਮਤਲਬ ਤੁਹਾਨੂੰ ਵੀ ਇਗਨੋਰ ਕੀਤਾ, ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ। ਹੁਣ ਨਹੀਂ
ਜਾ ਖੜੇ ਵੀ ਕਹਿਣਗੇ ਕਿ ਮੈਨੂੰ ਕਿਸੇ ਨੇ ਮੰਤਰੀ ਇਹ ਕਹਿ ਕੇ ਨਹੀਂ ਬਣਾਇਆ ਕਿ ਤੂੰ ਹਿੰਦੂ ਹੈ, ਕਹਿੰਦੇ ਮੁੱਖ ਮੰਤਰੀ ਮੈਨੂੰ ਇਸ ਕਰਕੇ ਕਹਿ ਕੇ ਬਣਾਇਆ ਗਿਆ, ਨਹੀਂ ਬਣਾਇਆ ਗਿਆ ਕਿ ਤੂੰ ਹਿੰਦੂ ਹੈ ਇਸ ਕਰਕੇ ਤੈਨੂੰ ਮੁੱਖ ਮੰਤਰੀ ਨਹੀਂ ਬਣਾਇਆ। ਮੈਂ ਮੰਦਰ ਛੱਡ ਕੇ ਫਿਰ ਮੈਂ ਵੀ ਕਹੂੰਗਾ ਕਿ ਮੇਰੇ ਤੇ ਤੁਸੀਂ ਜਾ ਕੇ ਬੂਹਿਆਂ ਦੇ ਅੱਗੇ ਖੜੋਗੇ ਤੇ ਇਹਦੀ ਕਿਉਂ ਨਹੀਂ ਪੰਚਕੂਲੇ ਤੱਕ ਜਾ ਕੇ ਤੁਸੀਂ ਚੈਨਲ ਲੈ ਕੇ ਖੜੋਤੇ ਰਹੇ? ਚੈਨਲਾਂ 'ਤੇ ਚੱਲਦਾ ਰਿਹਾ ਸੀ ਕਿ ਸੁਨੀਲ ਜਾਖੜ ਦਾ ਨਾਮ ਬਹੁਤ ਹੈ, ਅੱਗੇ ਹੈ, ਇੱਕ ਨੰਬਰ 'ਤੇ ਸੁਨੀਲ ਜਾਖੜ ਮੁੱਖ ਮੰਤਰੀ ਬਣ ਸਕਦੇ ਨੇ। ਮੈਂ ਤੁਹਾਨੂੰ ਲੱਗਦਾ ਕਿ ਨਹੀਂ? ਉਹ ਕਹਿੰਦੇ ਮੈਨੂੰ 40 MLA ਨੇ ਸਪੋਰਟ ਕਰਤਾ ਸੀ। ਖੜੀ ਜਾਏ ਕੋਈ ਗੱਲ, ਚਲੋ ਮੈਂ ਹੋਰ ਸਵਾਲ ਲੈਣਾ। ਮੈਂ ਇਹਨਾਂ ਦੋਵਾਂ ਦੇ ਨਾਮ ਦੇ ਉੱਪਰ ਆਉਣਾ ਸੀ, ਤੁਸੀਂ ਪਹਿਲਾਂ ਹੀ ਆ ਗਏ। ਪਹਿਲਾਂ ਨਹੀਂ ਆਉਣਾ, ਜਿਹੜੇ ਯਾਰ ਪੋਲਿਟਿਕਸ ਵਿੱਚ ਜਿਹੜੇ ਇਹ ਜਾਖੜ ਸਾਹਿਬ ਕਹਿੰਦੇ, ਮੈਂ ਕਦਰਾਂ ਕੀਮਤਾਂ 'ਤੇ, ਮੈਨੂੰ ਬਹੁਤ ਅਫਸੋਸ ਹੋਇਆ ਜੀ, ਇਹੋ ਜਿਹੀ ਪੋਲੀਟੀਸ਼ੀਅਨ ਦੀ ਕਦਰਾਂ ਕੀਮਤਾਂ ਨਹੀਂ ਹੋਣੀ ਚਾਹੀਦੀਆਂ। ਇਹੋ ਜੀ ਇਹਨਾਂ ਦੀ ਮੈਂ ਇਸ ਪੁਆਇੰਟ 'ਤੇ ਆਉਣਾ। ਇੱਕ ਸਵਾਲ ਇਹ ਵੀ ਤੁਹਾਡੇ ਹਲਕੇ ਤੋਂ ਆਉਂਦੇ ਇਨਫੈਕਟ, ਕਿਹੜਾ ਕਿਹੜੇ ਤੋਂ? ਸਰ ਮੈਂ ਧਾਰ ਬਲਾਕ ਨੂੰ ਬਿਲੋਂਗ ਕਰਦਾ। ਅੱਛਾ ਅੱਛਾ। ਅਤੇ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਹੁਣ ਤੁਸੀਂ ਜਿੱਤ ਚੁੱਕੇ ਹੋ, ਉੱਥੋਂ MP ਬਣ ਗਏ ਹੋ ਸਾਡੇ, ਅਤੇ ਸਾਡੇ ਇਲਾਕੇ ਨੂੰ ਲੈ ਕੇ ਤੁਹਾਡਾ ਫਿਊਚਰ ਪਲਾਨ ਕੀ ਹੈ? ਕਿਉਂਕਿ ਸਾਡੇ ਇਲਾਕੇ ਦੀਆਂ ਮੁਸ਼ਕਲਾਂ ਬਹੁਤ ਨੇ, ਬਹੁਤ ਪਰੇਸ਼ਾਨੀਆਂ ਨੇ। ਉੱਥੇ ਜਦੋਂ ਦੀ ਆਜ਼ਾਦੀ ਮਿਲੀ ਹੈ ਤਾਂ ਮੈਨੂੰ ਤਾਂ ਆਪ ਨੂੰ ਸ਼ਰਮ ਆਈ ਕੱਲ੍ਹ, ਜਦੋਂ ਲੋਕਾਂ ਨੇ ਕਿਹਾ ਕਿ ਸਾਡੇ ਕੋਲ ਪੀਣ ਦਾ ਪਾਣੀ ਹੈ ਨਹੀਂ, ਅਤੇ ਵਾਕਿਆ ਮੈਂ ਉਹਦੇ 'ਚ ਆਪਣੇ ਆਪ 'ਚ ਸ਼ਰਮ ਮਹਿਸੂਸ ਕੀਤੀ ਕਿ ਯਾਰ ਸਾਨੂੰ ਕਦੀ ਕਿਸੇ ਨੇ ਦੱਸਿਆ ਹੀ ਨਹੀਂ ਸੀ। ਕਿਉਂਕਿ ਮੇਰੇ ਇਹਦੇ 'ਚ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਲੰਬਾ ਹੋ ਜਾਣਾ ਜਵਾਬ, ਮੇਰੇ ਡੇਰ ਬਾਬਾ ਨਾਨਕ ਦੇ ਵਿੱਚ ਸਾਡੇ 'ਚ ਕੋਲ ਪਾਣੀ ਦੀ ਕੋਈ ਪ੍ਰੋਬਲਮ ਨਹੀਂ। ਮੈਂ ਫਿਰ ਵੀ ਨਹਿਰ ਦਾ ਪਾਣੀ ਕੁੰਜਰ 'ਚ ਮੈਂ 250 ਕਰੋੜ 280 ਕਰੋੜ ਦਾ ਪ੍ਰੋਜੈਕਟ ਮਨਜ਼ੂਰ ਕਰਵਾ ਕੇ ਲੈ ਕੇ ਗਿਆ ਕਿ ਥੱਲੇ ਦਾ ਗਰਾਊਂਡ ਵਾਟਰ ਖਰਾਬ ਹੋ ਗਿਆ ਅਤੇ ਇਹਨੂੰ ਸਾਨੂੰ ਪਾਣੀ ਜਿਹੜਾ ਉੱਥੋਂ ਨਹਿਰ ਤੋਂ ਲਿਫਟ ਕਰਕੇ ਅਤੇ ਉਹਨੂੰ ਕਿਤਾ ਜੇ ਹੁਣ ਆਲਮੋਸਟ ਤਿਆਰ ਹੋ ਗਿਆ। ਅਤੇ ਜੇ ਇਹ ਵੀ ਪਤਾ ਹੁੰਦਾ ਤਾਂ ਉਸ ਟਾਈਮ ਧਾਰ ਵਾਲਾ ਵੀ ਜੇ ਬੱਬੂ ਜੀ ਭਾਵੇਂ ਉੱਧਰ ਸੀਗੇ BJP 'ਚ ਹੀ ਸੀਗੇ, ਪਰ ਬੰਦੇ ਨੂੰ ਲਿਖ ਕੇ ਤਾਂ ਭੇਜਣਾ ਚਾਹੀਦਾ ਆਪਣੇ ਚਿੱਠੀ 'ਤੇ MLA ਦੀ, ਜੇ ਕਿਤੇ ਨਾ ਕਿਤੇ ਐਕਸ਼ਨ ਹੋ ਜਾਂਦਾ। ਹੁਣ ਮੈਂ MP ਹਾਂ, ਮੈਂ ਜੇ ਕਹਾਂਗਾ ਕਿ BJP ਦੀ ਗੌਰਮੈਂਟ ਆ, ਇਹ ਲੋਕਾਂ ਨੇ ਮੇਰੇ 'ਤੇ ਇਹ ਨਹੀਂ ਮੈਨੂੰ ਕਹਿਣਾ ਕਿ BJP ਦੀ ਗੌਰਮੈਂਟ ਆ, ਤੇਰਾ ਕੰਮ ਨਹੀਂ ਹੋਇਆ। ਲੋਕਾਂ ਨੇ ਕਹਿਣਾ ਤੂੰ ਕੀ ਕੀਤਾ ਉਹ ਦੱਸ। ਚੰਡੋਲਾ ਪੁੱਲ ਨੂੰ 2 ਸਾਲ ਹੋ ਗਏ ਟੁੱਟੇ ਨੂੰ, ਠੀਕ ਹੈ ਨਾ? ਅਤੇ ਉਹਨੂੰ ਮੈਂ ਵੇਖਿਆ, ਮੈਂ ਪੁੱਛਿਆ ਐਕਸ਼ਨ ਮੰਡੀ ਬੋਰਡ ਨੂੰ ਟੈਲੀਫੋਨ ਕਰਕੇ, ਕਹਿੰਦਾ ਜੀ RDF ਨਹੀਂ ਆਈ, ਇਹ ਤਾਂ ਕਦੀ ਵੀ ਨਹੀਂ ਪੁੱਲ ਬਣਨਾ ਸਾਡੇ ਕੋਲੋਂ। ਅਤੇ ਮੈਂ ਇਹਦਾ ਹੱਲ ਕੀ ਆ? ਕਹਿੰਦਾ ਜੀ ਇਹਦਾ ਹੱਲ ਆ ਪ੍ਰਧਾਨ ਮੰਤਰੀ ਸੜਕ ਯੋਜਨਾ 'ਚ ਲੈ ਕੇ ਆਓ, ਉਹ ਚਿੱਠੀ ਲਿਖਾਂਗੇ ਉਹਨੂੰ ਬਣਾਵਾਂਗੇ, ਵੇ ਆਊਟ ਤੇ ਕੱਢਾਂਗੇ ਨਾ ਕੋਈ। ਚਲੋ ਆਪਣੇ ਕੋਲ ਸਮਾਂ ਹੁਣ ਥੋੜ੍ਹਾ ਜਿਹਾ ਬਾਕੀ ਹੈ, ਮੈਂ ਇੱਕ ਆਖਰੀ ਸਵਾਲ ਆਪਣੀ ਟੀਮ ਦੇ ਵਿੱਚੋਂ ਜ਼ਰੂਰ ਲਵਾਂਗਾ। ਦਾਵਾ ਜੀ ਮੇਰਾ ਸਵਾਲ ਇਹ ਹੈ ਕਿ 2000 ਮਤਲਬ ਹੁਣ ਤੁਸੀਂ ਇਸ ਵਾਰ 13 'ਚੋਂ 7 ਸੀਟਾਂ ਜਿੱਤ ਚੁੱਕੇ ਹੋ, ਮਤਲਬ ਆਲਮੋਸਟ ਆਪ ਤੋਂ ਵਧੀਆ ਪਰਫਾਰਮ ਕੀਤਾ, ਕਿ ਤੁਹਾਨੂੰ ਇਸ ਕਾਰਗੁਜ਼ਾਰੀ 'ਤੇ ਲੱਗਦਾ ਕਿ 2027 ਦੀਆਂ ਸੀਟਾਂ 'ਚ ਮਤਲਬ? ਮੈਂ ਤੁਹਾਡੀ ਗੱਲ ਸਮਝ ਗਿਆ, ਇਹ ਮੈਂ ਅਜੇ ਪੂਰਾ ਸੈਟਿਸਫਾਈਡ ਨਹੀਂ। ਅਸੀਂ ਘੱਟੋ ਘੱਟ 11 ਸੀਟਾਂ ਜਿੱਤ ਸਕਦੇ ਸੀ। ਤੁਸੀਂ ਅੰਮ੍ਰਿਤਪਾਲ ਅਤੇ ਸਰਬਜੀਤ ਖਾਲਸਾ ਦੀ ਛੱਡਤੀ ਹੈ? ਵੇਖੋ ਜਿਹੜੀ ਉਹ ਬੜਾ ਸਮੀਕਰਨ ਜੇ ਉਦੋਂ ਉਹਨਾਂ ਦੀਆਂ ਸੀਟਾਂ, ਮਤਲਬ ਤੁਹਾਨੂੰ ਲੱਗਦਾ ਫਰੀਦਕੋਟ ਅਤੇ ਖਡੂਰ ਸਾਹਿਬ ਨੂੰ ਛੱਡ ਲਓ, ਬਾਕੀ ਸਭ ਤੁਹਾਡੇ ਨਾਮ ਦੀਆਂ? ਉਹਨਾਂ ਕਿ ਉੱਥੇ ਇੱਕਦਮ ਹੀ ਚੇਂਜ ਹੋ ਗਈ ਜੀ, ਕਿ ਬੱਚਿਆਂ ਦੇ ਵਿੱਚ ਗੁੱਸਾ ਵੀ ਸੀ, ਜਿਹੜਾ ਯੂਥ ਆ ਉਹਨਾਂ ਦੇ ਵਿੱਚ ਇਹ ਕਿ ਸਾਡੇ ਨਾਲ ਹਮੇਸ਼ਾ ਹੀ ਅਨਿਆਏ ਹੁੰਦਾ, ਅਤੇ ਉਸ ਚੀਜ਼ ਨੂੰ ਰੋਕਣ ਲਈ ਉਹ ਸ਼੍ਰੀਮਾਨ ਸੁਖਬੀਰ ਸਿੰਘ ਬਾਦਲ ਪਰਫੋਰਮ ਨਹੀਂ ਕਰ ਸਕੇ। ਉਹ ਮੈਂ ਬਿਲਕੁਲ ਫਰੈਂਕਲੀ ਕਹਿੰਦਾ, ਉਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਦੁਬਾਰਾ ਅਕਾਲੀ ਦਲ ਨੂੰ ਇਹ ਨਾ ਹੋਵੇ ਕਿ ਅਸੀਂ ਸਿਰਫ ਗੁਰਦੁਆਰਿਆਂ ਦਾ ਕੰਟਰੋਲ ਰੱਖਣਾ, ਉਹਨਾਂ ਨੂੰ ਇਹ ਕਿ ਅਸੀਂ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ। ਉਹ ਤਾਂ ਹੋਇਆ, ਉਹ ਟੈਂਪਰੇਰੀ ਫੇਜ਼ ਹੈ, ਮੈਂ ਉਹਨੂੰ ਐਡਾ ਇੰਨਾ ਵੱਡਾ ਨਹੀਂ ਸਮਝਦਾ। ਸਭ ਤੋਂ ਵੱਡੀ ਗੱਲ ਇਹਨੇ ਗੱਲ ਕੀਤੀ ਆ ਰਮਨੀਤ ਸਿੰਘ ਬਿੱਟੂ ਮੰਤਰੀ ਜੀ ਨੇ, ਇਹਨਾਂ ਨੇ ਕਿਹਾ ਕਿ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਸੀ ਰਾਜੂਆਣੇ ਬਾਰੇ, ਇਹਦਾ ਬਿਆਨ ਸੀ ਨਾ,
ਰਾਹੁਲ ਗਾਂਧੀ ਨੇ ਬਿਲਕੁਲ ਠੀਕ ਕਿਹਾ ਸੀ। ਜੇ ਰਾਹੁਲ ਗਾਂਧੀ ਆਪਣੇ ਫਾਦਰ ਦੇ ਕਾਤਲ ਨੂੰ ਛੱਡ ਸਕਦੇ ਆ ਦੋਵੇਂ ਭੈਣ ਭਰਾ, ਇਹਨੂੰ ਕੀ ਪ੍ਰੋਬਲਮ ਸੀ? ਇਹਨੇ ਕਿੱਦਾਂ ਸਪੀਚਾਂ ਦਿੱਤੀਆਂ? ਮੋਰ ਓਵਰ ਮੈਂ ਇਹਨੂੰ ਕਹਿੰਦਾ ਕਿ ਰਾਜੋਆਣਾ ਹਵਾਰੇ ਦਾ ਕੇਸ ਇੰਨੀ ਜਲਦੀ ਛੁੱਟਣ ਵਾਲਾ ਨਹੀਂ। ਵੇਖੋ, ਇਹ ਸਾਨੂੰ ਪਬਲਿਕਲੀ ਗੱਲ ਕਰਨੀ ਪਏਗੀ। ਪ੍ਰੈਜੀਡੈਂਟ ਆਫ ਇੰਡੀਆ ਕੋਲੋਂ ਉਹ ਪਾਰਡਨ ਹੋਏਗੀ, ਰਾਜੋਆਣਾ ਆਪ ਉੱਥੇ ਐਪਲੀਕੇਸ਼ਨ ਦੇਵੇਗਾ, ਠੀਕ ਹੈ ਨਾ? ਲੀਗਲੀ ਵੀ ਤਾਂ ਚੱਲਣਾ ਪਏਗਾ ਨਾ, ਕਿ ਇਹ ਸਾਰੀਆਂ ਚੀਜ਼ਾਂ। ਪਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਮੇਰੇ ਟਾਈਮ ਕੈਪਟਨ ਅਮਰਿੰਦਰ ਸਿੰਘ ਨੇ ਰਾਜਨਾਥ ਸਿੰਘ ਹੋਣਾ ਨੂੰ 2019 'ਚ ਇੱਕ ਚਿੱਠੀ ਲਿਖੀ ਸੀ ਕਿ ਆਹ ਜਿਹੜੇ ਨੇ ਸਿੱਖ ਪ੍ਰਿਜ਼ਨਰ, ਇਹਨਾਂ ਨੂੰ ਛੱਡ ਦਿੱਤਾ ਜਾਏ। ਉਹ ਚਿੱਠੀ ਮੈਂ ਮੰਤਰੀ ਜੀ ਨੂੰ ਆਪਣੇ DO ਲੈਟਰ 'ਤੇ ਭੇਜਾਂਗਾ ਕਿ ਬਾਕੀ ਤਾਂ ਜੇ ਕੰਮ ਔਖੇ ਨੇ, ਆਹ 9-10 ਬੰਦੇ ਨੇ, ਇਹ ਇਮੀਡੀਏਟਲੀ ਰਿਲੀਜ਼ ਕੀਤੇ ਜਾ ਸਕਦੇ, ਇਹਨਾਂ ਨੂੰ ਹੀ ਕਰਵਾ ਦਿਉ। ਉਹਦੇ ਤੋਂ ਪਤਾ ਲੱਗ ਜਾਣਾ ਇਹਨਾਂ ਦੀ ਇੰਟੈਗ੍ਰਿਟੀ ਦਾ, ਕਿਉਂਕਿ ਉਹਨਾਂ ਦਾ ਬਿਆਨ ਆ ਗਿਆ ਕਿ ਜੇ ਹੁਣ ਛੱਡਿਆ ਜਾਂਦਾ ਰਾਜੋਆਣਾ ਨੂੰ ਜਾਂ ਹੋਰ ਜਿਹਨਾਂ ਨੂੰ ਬੰਦੀ ਸਿੰਘ ਕਿਹਾ ਜਾ ਰਿਹਾ, ਮੈਂ ਕਹਿੰਦਾ ਵਿਰੋਧ ਨਹੀਂ ਕਰਾਂਗਾ। ਮੇਰਾ ਇਹ ਕਹਿ ਰਿਹਾ ਕਿ ਜਿਹੜੇ ਛੱਡਣ ਵਾਲੇ ਨੇ ਉਹਨਾਂ ਨੂੰ ਛੱਡ ਦਿਉ। ਹੋਮ ਮਿਨਿਸਟਰ ਸਾਹਿਬ ਜਿਹੜੇ ਇੱਥੇ ਬੋਲ ਕੇ ਗਏ ਕਿ ਜੋ ਬਿੱਟੂ ਕੇ ਪਿਤਾ ਜੀ, ਮੈਂ ਕੱਲ੍ਹ ਹੀ ਮੈਂ ਸੁਣ ਰਿਹਾ ਸੀ, ਗ੍ਰੈਂਡ ਫਾਦਰ ਕੋ ਜਿਹਨਾਂ ਨੇ ਕਿਹਾ ਕਭੀ ਨਹੀਂ ਬਖਸ਼ਾ ਜਾਏਗਾ, ਇਹ ਕਹਿ ਗਏ, ਅਮਿਤ ਸ਼ਾਹ ਜੀ ਕਹਿ ਕੇ ਗਏ ਸੀ, ਅਤੇ ਮੈਂ ਤਾਂ ਉਹ ਕਹਿੰਦਾ ਉਹਨਾਂ ਨੂੰ ਬਖਸ਼ ਲਾ, ਉਹਨਾਂ ਨੂੰ ਨਹੀਂ ਫਿਰ ਤਾਂ ਰਾਜੋਆਣਾ ਦਾ ਨਾਮ ਆ ਗਿਆ ਨਾ। ਨਹੀਂ ਸੁਣੋ, ਰਾਜੋਆਣਾ ਦੇ ਮੈਂ ਤਾਂ ਕਹਿ ਨਹੀਂ ਰਿਹਾ, ਮੈਂ ਕਹਿੰਦਾ ਜਿਹੜੇ ਬਾਕੀ ਜਿਹੜੇ ਸਜ਼ਾ ਭੁਗਤ ਚੁੱਕੇ ਨੇ, ਜਿਹੜੇ 10-10, 15-15 ਸਾਲ ਬਿਨਾਂ ਮਤਲਬ ਤੋਂ ਜੇਲ੍ਹ 'ਚ ਬੈਠੇ ਨੇ, ਉਹ ਉਹੀ ਕੱਢ ਦਈਏ। ਠੀਕ ਹੈ, ਰਵਨੀਤ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ, ਉਹਨਾਂ ਦੇ ਪਰਿਵਾਰ ਦੇ, ਉਹਨਾਂ ਦੇ ਦਾਦਾ ਜੀ, ਤਸਵੀਰ ਲਗਾ ਲਈ ਬੇਅੰਤ ਸਿੰਘ ਜੀ ਦੀ, ਬਹੁਤ ਉਸਦੇ ਉੱਪਰ ਇਤਰਾਜ਼ ਕਾਂਗਰਸੀਆਂ ਨੇ ਕੀਤਾ, ਤੁਹਾਨੂੰ ਲੱਗਦਾ ਕਿ ਨਹੀਂ ਲਗਾਉਣੀ ਚਾਹੀਦੀ ਸੀ? ਲਾ ਲੈਣੀ ਚਾਹੀਦੀ, ਉਹਦੇ 'ਚ ਕਿਹੜੀ ਗੱਲ ਆ? ਉਹਦੇ ਗ੍ਰੈਂਡਫਾਦਰ ਨੇ ਇਤਰਾਜ਼ ਸੀ, ਮੈਨੂੰ ਲੱਗਦਾ ਰਾਜਾ ਵੜਿੰਗ ਬਹੁਤ ਜ਼ਬਰਦਸਤ ਇਤਰਾਜ਼ ਕਰਦੇ ਆ। ਮੈਨੂੰ ਕੋਈ ਇਤਰਾਜ਼ ਨਹੀਂ, ਲੋਕਾਂ ਨੇ ਇਤਰਾਜ਼ ਕਰਕੇ ਹਰਾ ਦਿੱਤਾ। ਬੇਅੰਤ ਸਿੰਘ ਕਾਂਗਰਸ ਦੇ ਲੀਡਰ ਹੈ ਜਾਂ ਨਹੀਂ? ਹੈਗੇ, ਤੁਸੀਂ ਉਹਨਾਂ ਨੂੰ ਭੁਲਾ ਦਿੱਤਾ, ਫਿਰ ਉਹ ਦੂਜੇ ਲੀਡਰ ਨੇ? ਨਹੀਂ, ਉਹਨਾਂ ਦਾ ਪਰਿਵਾਰ, ਉਹਨਾਂ ਦੀ ਫੋਟੋ ਲਗਾ ਰਿਹਾ, ਤਾਂ ਫਿਰ ਕਾਂਗਰਸੀਆਂ ਨੂੰ ਕਿਉਂ ਇਤਰਾਜ਼? ਤੁਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ? ਪਰਿਵਾਰ ਦੇ ਵਿੱਚ ਗੁਰਕਿਰਤ ਵੀ ਆ, ਤੇਜ ਪ੍ਰਕਾਸ਼ ਸਿੰਘ ਹੋਣੀ ਮਿਲੇ, ਗੁਰਕਮਲ ਵੀ, ਸਾਡੀ ਭੈਣ ਵੀ। ਰਵਨੀਤ ਬਿੱਟੂ ਨਾਲ ਇੰਨਾ ਪ੍ਰੈਸਟੀਜ ਇਸ਼ੂ ਕਿਉਂ ਬਣਾ ਲਿਆ ਕਾਂਗਰਸ ਨੇ ਕਿ ਰਵਨੀਤ ਬਿੱਟੂ ਉਸ ਵਾਲੇ ਪਾਸੇ ਚਲਾ ਗਿਆ ਤਾਂ ਹੁਣ ਅਸੀਂ ਜਿੱਤਣ ਨਹੀਂ ਦੇਣਾ? ਰਵਨੀਤ ਬਿੱਟੂ ਦੇ ਖਿਲਾਫ਼ ਬਹੁਤ ਤਲਖ ਹੋ ਕੇ ਟਿੱਪਣੀਆਂ ਆਈਆਂ। ਇਹੋ ਜੀ ਕੋਈ ਗੱਲ ਨਹੀਂ, ਤੁਹਾਡੇ ਸਾਥੀ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਇਹਨੂੰ ਨਹੀਂ ਜਿੱਤਣ ਦੇਣਾ। ਵੇਖੋ, ਪਰਸਨਲ ਜਿਹੜੀਆਂ ਗੱਲਾਂ ਹੁੰਦੀਆਂ ਨੇ, ਜਿੱਦਾਂ ਰਵਨੀਤ ਬਿੱਟੂ ਵੀ ਜਿੱਦਾਂ ਦੀ ਲੈਂਗੁਏਜ ਬੋਲਦਾ, ਤਾਂ ਕੀ ਗੱਲ ਫਿਰ ਉਹਦਾ ਚੈਲੇਂਜ ਐਕਸੈਪਟ ਨਹੀਂ ਕਰਨਾ ਚਾਹੀਦਾ? ਠੀਕ ਹੈ, ਉਹ ਤੁਹਾਨੂੰ ਲੱਗਦਾ ਕਿ ਉਹ ਚੈਲੇਂਜ ਕਰ ਰਹੇ ਸੀ ਤੇ ਸਿੱਧਾ ਐਕਸੈਪਟ ਕੀਤਾ, ਪਰ ਫਿਰ ਵੀ ਉੱਥੇ ਅਸੀਂ ਸਾਰੇ ਕਿਹਾ ਸੀ ਸਾਨੂੰ ਕਰੋ ਖੜਾ, ਅਸੀਂ ਲੜਾਂਗੇ ਦੇ ਅਗੇਂਸਟ ਇਲੈਕਸ਼ਨ, ਕਿਹਾ ਸੀ ਆਪਣੇ ਹਾਈ ਕਮਾਂਡ ਨੂੰ, ਪ੍ਰਤਾਪ ਬਾਜਵਾ ਨੇ ਵੀ ਕਿਹਾ, ਸੁਖਜਿੰਦਰ ਸਿੰਘ ਰੰਧਾਵੇ ਨੇ ਵੀ ਕਿਹਾ, ਪ੍ਰਗਟ ਸਿੰਘ ਨੇ ਵੀ ਕਿਹਾ। ਅੱਛਾ, ਤੁਸੀਂ ਕਿਹਾ ਸੀਗਾ ਕਿ ਮੈਨੂੰ ਬਿੱਟੂ ਦੇ ਖਿਲਾਫ਼ ਖੜਾ ਕਰ ਦਿਉ, ਮੈਂ ਲੜਾਂਗਾ, ਕਿ ਸਾਡੇ 'ਚੋਂ ਜਿਹਨੂੰ ਮਰਜ਼ੀ ਖੜਾ ਕਰ ਦਿਉ ਜੀ, ਅਤੇ ਰਾਜਾ ਵੜਿੰਗ ਦੀ ਫਿਰ ਚੋਣ ਹੋ ਗਈ ਕਿ ਉਹਨਾਂ ਨੂੰ ਖੜਾ ਕਰੋ? ਬਿਲਕੁਲ, ਮੈਨੂੰ ਗੁਰਦਾਸਪੁਰ ਭੇਜ ਦਿੱਤਾ, ਅਤੇ ਹੁਣ ਇੱਕ ਅੱਧਾ ਇਲੈਕਸ਼ਨ ਲੜਨ ਦੀ ਵੀ ਤਾਂ ਚਾਹੀਦਾ ਸੀ ਕਿ ਸਾਰੇ ਤੌਰ 'ਤੇ ਅਤੇ ਬਿਨਾਂ ਲੜ। ਬਿੱਟੂ ਦੀ ਕਦੇ ਕਾਂਗਰਸ 'ਚ ਵਾਪਸੀ ਦੇਖਦੇ ਹੋ? ਬਿੱਟੂ ਦੀ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਣੀ ਚਾਹੁੰਦਾ ਕਿ ਚੰਨੀ ਔਰ ਪ੍ਰਤਾਪ ਬਾਜਵਾ ਸੁੰਦਰ ਸ਼ਾਮ ਅਰੋੜੇ ਦੇ ਜਿਹੜੇ ਘਰ ਗਏ ਮੈਂ ਉਹਦੇ ਵੀ ਅਗੇਂਸਟ ਹਾਂ ਯਾਰ। ਜਿੰਨਾ ਸਾਨੂੰ 7 ਸੀਟਾਂ ਜਿਤਾਈਆਂ ਅਤੇ ਪੰਜਾਬ 'ਚ ਸਾਡੀ ਪਰਫੋਰਮੈਂਸ ਅਸੀਂ ਦੂਸਰੇ ਪਹਿਲੇ ਨੰਬਰ 'ਤੇ ਰਹੇ ਹਾਂ ਜੀ, ਅਤੇ ਅਸੀਂ ਜਿਨ੍ਹਾਂ ਨੇ ਰਿਜੈਕਟਡ ਮਾਲ ਜਿਹੜਾ ਸਮਾਨ ਇਕੱਠਾ ਕਰਕੇ ਆਪਣੇ ਘਰ 'ਚ ਲੈਵਾਂਗੇ ਅਤੇ ਜਿਨ੍ਹਾਂ ਨੇ ਸਾਨੂੰ ਨਾਲ ਅੱਜ ਖੜ੍ਹੇ ਨੇ, ਅਤੇ ਉਹਨਾਂ ਨੂੰ ਅਸੀਂ ਕੀ ਮੂੰਹ ਦਿਖਾਵਾਂਗੇ? ਜਿਹੜੇ ਅਸੀਂ, ਮੈਂ ਬਿਲਕੁਲ ਇਹਨਾਂ ਚੀਜ਼ਾਂ 'ਤੇ ਅਗੇਂਸਟ ਹਾਂ। ਮੈਨੂੰ ਉੱਥੇ ਰਾਜਸਥਾਨ 'ਚ ਡਿਸੀਜਨ ਲੈਣਾ ਪਿਆ ਜੀ ਕਿ ਉੱਥੇ ਚੂੜੂ 'ਚ ਕਿ ਉੱਥੇ ਸੀਟ ਸੀਗੀ, ਮੈਂ ਉੱਥੇ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਆਪ ਬੀਜੇਪੀ ਨੇ ਟਿਕਟ ਨਹੀਂ ਇਹਨੂੰ ਦੇਣੀ, ਇਹਨੂੰ ਲੈ ਲਓ।
ਮੈਂ ਇਮੀਡੀਏਟਲੀ ਸ਼ਾਮੀ ਅਨਾਊਂਸ ਕਰਕੇ ਸ਼ਾਮ ਨੂੰ ਉਹਦੀ ਟਿਕਟ ਅਨਾਊਂਸ ਕਰ ਦਿੱਤੀ ਇਹੋ ਜਿਹੇ। ਪਰ ਜਿਹੜੇ ਬੰਦੇ ਪਾਰਟੀ 'ਚ ਰਹਿ ਕੇ ਪਾਰਟੀ ਦੇ ਅਗੇਂਸਟ ਇਹਨਾਂ ਨਾਲ ਬੋਲ ਜਾਣ, ਉਹਨਾਂ ਬੰਦਿਆਂ ਤੋਂ ਸਾਨੂੰ ਕਿਨਾਰਾ ਕਰ ਲੈਣਾ ਪਏਗਾ, ਕਾਂਗਰਸ ਤਾਂ ਬਚੇਗੀ। ਕਹਿੰਦੇ ਪਰਿਵਾਰਕ ਸੰਬੰਧ ਹੈ ਸਾਡੇ ਦਾ, ਅਸੀਂ ਹਾਲ ਚਾਲ ਪੁੱਛਣ ਗਏ ਸੀ ਪ੍ਰਤਾਪ ਬਾਜਵੇ ਦੀ। ਪਰਿਵਾਰਕ ਸੰਬੰਧ ਜ਼ਰੂਰ ਹੈ ਪਰ ਪਰਿਵਾਰਕ ਸੰਬੰਧਾਂ ਨੂੰ ਪੋਲੀਟੀਕਲ ਸੰਬੰਧਾਂ 'ਚ ਨਹੀਂ ਲਿਆਉਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਰਾਹ ਪੱਧਰਾ ਕਰ ਰਹੇ ਨੇ ਸੁੰਦਰ ਸ਼ਾਮ ਅਰੋੜਾ ਦਾ ਕਾਂਗਰਸ ਵਾਸਤੇ? ਇਸ ਰਾਹ ਦੇ ਵਿੱਚ ਰੁਕਾਵਟ ਬਣਾਂਗਾ। ਤੁਸੀਂ ਅਰੋੜਾ ਦੀ ਵਾਪਸੀ ਨਹੀਂ ਹੋਣ ਦਿਓਗੇ? ਨਹੀਂ, ਅਰੋੜਾ ਨੇ ਕੋਈ ਵੀ ਜਿਹੜਾ ਕੋਈ ਜਿਹਨਾਂ ਨੇ ਕਾਂਗਰਸ ਦੇ ਵਿੱਚ ਇਸ ਟਾਈਮ ਔਖੇ ਟਾਈਮ 'ਚ ਜਿੰਨਾ ਸਾਥ ਨਹੀਂ ਦਿੱਤਾ, ਜਿੰਨਾ ਸਾਡੀ ਪਾਰਟੀ ਦੇ ਅਗੇਂਸਟ ਵੋਟਾਂ ਪਾਈਆਂ ਜੀ, ਜਦੋਂ ਚੰਗੇ ਦਿਨ ਆਉਣੇ ਉਹਨਾਂ ਨੂੰ ਕਿਉਂ ਅਸੀਂ ਉਹਨਾਂ ਨੂੰ ਅੱਗੇ ਹਾਰ ਕਿਉਂ ਪਾਈਏ? ਬਿੱਟੂ ਹੋਣ, ਜਿਹੜਾ ਮਰਜ਼ੀ ਹੋਏ। ਅੱਛਾ, ਇੱਕ ਹੋਰ ਨਾਮ ਮੈਂ ਲੈਣਾ, ਉਹ ਤੁਹਾਡੀ ਕੈਂਪੇਨ 'ਚ ਨਜ਼ਰ ਨਹੀਂ ਆਏ, ਨਵਜੋਤ ਸਿੰਘ ਸਿੱਧੂ। ਮੇਰਾ ਇੱਕੋ ਗੱਲ ਸੁਣ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਕਿ ਮੇਰੇ ਨਵਜੋਤ ਸਿੰਘ ਸਿੱਧੂ ਦੇ ਨਾਲ ਬੜੇ ਵਧੀਆ ਰਿਲੇਸ਼ਨ ਰਹੇ। ਅੱਜ ਕੱਲ੍ਹ ਮੇਰਾ ਬੋਲਚਾਲ ਨਹੀਂ ਉਹਦੇ ਬਾਰੇ, ਮੈਂ ਕੋਈ ਵੀ ਕਮੈਂਟ ਨਹੀਂ ਕਰਨਾ ਚਾਹੁੰਦਾ। ਤੁਹਾਨੂੰ ਲੱਗਦਾ ਕਿ ਜੇ ਉਹ ਆਉਂਦੇ ਤਾਂ ਫਿਰ 7 ਦੀਆਂ 10 11 ਹੋ ਸਕਦੀਆਂ? ਲੱਗਦਾ ਨਹੀਂ, ਲੱਗਦਾ ਉਹਦੇ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ। ਚਲੋ, ਸੁਨੀਲ ਜਾਖੜ, ਸੁਨੀਲ ਜਾਖੜ ਬਹੁਤ ਤਲਖ ਟਿੱਪਣੀਆਂ ਕਰਦੇ ਆ, ਤੁਸੀਂ ਵੀ ਉਹਨਾਂ ਨੂੰ ਲੈ ਕੇ ਪਹਿਲਾਂ ਜਿਹੜਾ ਜ਼ਿਕਰ ਕੀਤਾ ਸੀ। ਮੈਨੂੰ ਇੱਕ ਜ਼ਰੂਰ ਅਫਸੋਸ ਹੈ ਕਿ ਸੁਨੀਲ ਜਾਖੜ ਨੂੰ ਗੁਰਦਾਸਪੁਰ ਇਲੈਕਸ਼ਨ ਲੜਨੀ ਚਾਹੀਦੀ ਸੀ। ਹਿੰਦੂ ਸਿੱਖ ਇਕੱਠੇ ਨੇ ਕਿ ਅਲੱਗ ਅਲੱਗ ਨੇ, ਉੱਥੇ ਜ਼ਰੂਰ ਇਹ ਫੈਸਲਾ ਹੋ ਜਾਣਾ। ਅੱਛਾ, ਮਤਲਬ ਉਹ ਉਹਨਾਂ ਦੀ ਹਾਰ ਜਿੱਤ ਤੋਂ ਫੈਸਲਾ ਕਰ ਦਿੰਦੇ। ਇੱਕ ਹੋਰ ਬਹੁਤ ਨਾਮ ਚਰਚਾ 'ਤੇ, ਕੰਗਣਾ ਰਣੌਤ, ਜੋ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਹੋਇਆ ਸੁਖਜਿੰਦਰ ਸਿੰਘ ਰੰਧਾਵਾ, ਉਸ ਬਾਰੇ ਕੀ ਸੋਚਦੇ? ਦੇਖੋ, ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਉਹ ਗਲਤ ਹੋਇਆ, ਪਰ ਜੋ ਕੰਗਣਾ ਰਣੌਤ ਜੋ ਗੱਲਾਂ ਕਰਦੀ ਉਸ ਹਿਸਾਬ ਨਾਲ ਬਹੁਤ ਠੀਕ ਹੋਇਆ। ਅੱਛਾ, ਏਅਰਪੋਰਟ ਤੋਂ ਬਾਹਰ ਥੱਪੜ ਪੈ ਜਾਂਦਾ, ਤੁਹਾਨੂੰ ਲੱਗਦਾ ਠੀਕ ਸੀ? ਉਹ ਤਾਂ ਜੋ ਬੋਲਦੀ ਰਹੀ ਆ, ਮੇਰੇ ਖਿਆਲ ਕੋਈ ਵੀ ਮਾਰ ਸਕਦਾ ਯਾਰ। ਜਿਹੜੀ ਲੇਡੀ, ਇਹਨੂੰ ਇਹ ਨਹੀਂ ਪਤਾ ਕਿ ਸਰਦਾਰ ਪਟੇਲ ਅਤੇ ਉਹ ਜਿਹੜੇ ਸੁਭਾਸ਼ ਚੰਦਰ ਬੋਸ ਦੇ ਡਿਫਰੈਂਸ ਦਾ ਨਹੀਂ ਪਤਾ, ਉਹਨੂੰ ਪਤਾ ਹੀ ਨਹੀਂ ਕਿ ਆਜ਼ਾਦੀ ਤੋਂ ਪਹਿਲਾਂ ਬੋਸ, ਸੁਭਾਸ਼ ਚੰਦਰ ਬੋਸ ਇਹ ਦੁਨੀਆ ਤੋਂ ਹੀ ਚਲੇ ਗਏ, ਕਹਿੰਦੇ ਉਹ ਕਿਉਂ ਨਹੀਂ ਪ੍ਰਧਾਨ ਮੰਤਰੀ ਬਣੇ? ਜਿਹਨੂੰ ਇਹ ਨਹੀਂ ਹਿਸਟਰੀ ਦਾ ਪਤਾ ਕਿ ਮਹਾਤਮਾ ਗਾਂਧੀ ਦੇ ਅਗੇਂਸਟ ਕੀ ਬੋਲੀ ਜਾ ਰਹੀ ਆ, ਉਹਦੇ ਕੀ ਕਿਹਾ ਕਿ 100-100 ਰੁਪਏ ਦੀ ਕਿਸੇ ਦੀ ਮਾਂ ਨੂੰ ਕਿਹਾ ਜਾਏ, ਮਾਂ ਦੀ ਗੱਲ ਨਹੀਂ ਕੋਈ ਸੁਣਦਾ। ਬਿਲਕੁਲ, ਕੁੜੀ ਨੇ ਥੱਪੜ ਮਾਰਿਆ, ਉਹ ਯੂਨੀਫਾਰਮ ਦੇ ਵਿੱਚ ਉਹਦੀ ਨਹੀਂ ਸੀ ਬਣਦਾ, ਪਰ ਉੱਥੇ ਜੋ ਕੀ ਪਤਾ ਕੀ ਸਰਕਮਸਟੈਂਸਿਸ ਬਣੇ ਨੇ। ਪਰ ਇਹਨੂੰ ਵੀ ਬੀਜੇਪੀ ਨੂੰ ਕਰਨਾ ਪਏਗਾ ਕਿ ਇਹਦੀ ਜ਼ਬਾਨ ਨੂੰ ਲਗਾਮ ਦੇਣੀ ਪਏਗੀ, ਅਤੇ ਜਿਵੇਂ ਬਿੱਟੂ ਵੀ ਪੰਜਾਬ 'ਚ ਗੱਲਾਂ ਕਰ ਰਿਹਾ ਇਹ ਵੀ ਅਸੀਂ ਨੁਕਸਾਨ ਵਾਲੇ ਪਾਸੇ ਜਾਵਾਂਗੇ। 2027 ਦੇ ਵਿੱਚ ਜਿਹੜੇ ਇਸ ਵਾਰ ਜਿੱਤੇ ਨੇ ਕਾਂਗਰਸ ਦੇ ਕਈ ਐਮ ਪੀ, ਜਿਨ੍ਹਾਂ ਦੇ ਵਿੱਚ ਤੁਸੀਂ ਵੀ ਹੋ, ਰਾਜਾ ਵੜਿੰਗ ਹੈਗੇ ਨੇ, ਚਰਨਜੀਤ ਸਿੰਘ ਚੰਨੀ ਹੈਗੇ ਨੇ, ਸਾਰੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਮੁੱਖ ਚਿਹਰਾ ਸਨ, ਔਰ ਇਹੀ ਕਿਆਸ ਹੈ ਕਿ 2027 ਦੇ ਵਿੱਚ ਜਾ ਕੇ ਦੁਬਾਰਾ ਹੋਣਗੇ। ਰੰਧਾਵਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਤਾਂ ਰੂਲ ਬਣਾਇਆ ਜਾਵੇ ਕਿ ਹੁਣ 22 ਆਇਆ 22 'ਚ ਇਲੈਕਸ਼ਨ ਲੜ ਲਿਆ, 24 ਆਇਆ 24 'ਚ ਲੜ ਲਿਆ, 27 ਆਇਆ ਫਿਰ 27 'ਚ ਲੜ ਲਿਆ, 22 ਇਲੈਕਸ਼ਨਸ ਵਾਲਾ ਜਿਹੜਾ ਇੱਕ ਕਲਚਰ ਹੈ ਉਸਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕੇ ਕਿ ਜੇ ਹੁਣ ਤੁਸੀਂ ਜਾ ਕੇ 27 'ਚ ਲੜੋਗੇ? ਹੁਣ ਮਨੋਹਰ ਲਾਲ ਖੱਟੜ ਜੀ, ਉਹ ਵੀ ਬੀਜੇਪੀ ਦਾ ਲੜਕੀ ਗਿਆ, ਇਹ ਕੋਈ ਏਡਾ ਕੋਈ ਵੀ ਹੈ, ਉਹ ਚਾਹੇ ਕੋਈ ਵੀ ਹੈ ਕਿਸੇ ਵੀ ਪਾਰਟੀ ਦੇ, ਇਹ ਮੇਰੇ ਖਿਆਲ ਇਹ ਜਦੋਂ ਤੋਂ ਆਜ਼ਾਦੀ ਮਿਲੀ ਹੈ ਇਹ 22 ਇਲੈਕਸ਼ਨਾਂ 'ਤੇ ਤੁਰੀਆਂ ਹੀ ਰਹਿੰਦੀ। ਤੁਸੀਂ 27 ਦੇ ਉੱਪਰ ਫੋਕਸ ਕਰੋਗੇ? ਕਿਉਂਕਿ ਬਹੁਤ, ਦੇਖੋ ਬਿੱਟੂ ਦੀ ਇੱਕ ਸਟੇਟਮੈਂਟ ਮੈਂ ਜ਼ਿਕਰ ਕਰ ਦਵਾਂ, ਇਲੈਕਸ਼ਨ ਤੋਂ ਪਹਿਲਾਂ ਉਹ ਕਹਿ ਰਹੇ ਸੀ, ਕਹਿੰਦੇ ਪ੍ਰਤਾਪ ਬਾਜਵਾ ਨੇ ਬਹੁਤ ਜ਼ਬਰਦਸਤ ਸੈਟਿੰਗ ਕਰ ਦਿੱਤੀ, ਰੰਧਾਵਾ ਜੀ ਨੂੰ, ਰਾਜਾ ਵੜਿੰਗ ਨੂੰ, ਚੰਨੀ ਨੂੰ ਭੇਜ ਦਿੱਤਾ ਸੈਂਟਰ 'ਚ, ਕਿਉਂ ਦੁਬਾਰਾ ਦੁਬਾਰਾ ਲੀਡਰ ਬਣਾਈ ਜਾਂਦੀ ਹੋ? ਜਿਹੜਾ ਕਹਿੰਦੇ ਕਿ ਉਹਨਾਂ ਨੇ ਇਸ ਤਰੀਕੇ ਦੀ ਸੈਟਿੰਗ ਕਰਦੀ ਕਿ 27 ਦੇ ਲਈ ਰਾਹ ਪੱਧਰਾ ਹੋ ਗਿਆ। ਤੁਹਾਨੂੰ ਆਹ ਬਿੱਟੂ, ਤੇਰਾ ਰਾਹ ਜ਼ਰੂਰ ਠੀਕ ਕਰ ਦਾਂਗੇ, ਤੂੰ ਫਿਕਰ ਨਾ ਕਰ, ਪੰਜਾਬ 'ਚ ਤੂੰ ਨਹੀਂ ਕਦੀ ਵੀ ਸੁਪਨਾ ਲੈ ਸਕਦਾ। ਜਿਹੜਾ ਕਹਿੰਦਾ ਨਾ ਮੈਨੂੰ ਬੀਜੇਪੀ ਨੇ ਚੀਫ ਮਿਨਿਸਟਰ, ਉਹ ਭੁੱਲ ਜਾਏ। ਚਲੋ, ਮੈਂ ਕੰਕਲੂਡ ਕਰਦਾ ਆਖਰੀ ਸਵਾਲ ਰਾਹੁਲ ਗਾਂਧੀ ਦੇ ਨਾਲ ਜੁੜਿਆ ਹੋਇਆ। 15 ਸਾਲ, ਤੀਜੀ ਟਰਮ ਕਹਿ ਲਓ, ਕਿਉਂਕਿ 15 ਸਾਲ ਦਾ ਅਗਲੇ 5 ਸਾਲ ਕੀ ਹੋਣਾ ਨਹੀਂ ਪਤਾ, ਕਿ ਕਾਂਗਰਸ ਸੱਤਾ ਤੋਂ ਦੂਰ ਹੈ, ਰਾਹੁਲ ਗਾਂਧੀ ਦਾ ਫਿਊਚਰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਬਹੁਤ ਸਾਰੇ ਜਿਹੜੇ ਵੱਡੇ ਸਿਆਸੀ ਮਾਹਰ ਨੇ ਉਹ ਕਹਿ ਰਹੇ ਨੇ ਕਿ ਕਾਂਗਰਸ ਬੜੀ ਖੁਸ਼ ਹੈ
ਪਰ ਕਾਂਗਰਸ ਦੀ ਇਹ ਹਿਸਟਰੀ 'ਚ ਤੀਜੀ ਸਭ ਤੋਂ ਨਮੋਸ਼ੀਜਨਕ ਹਾਰ ਹੈ। ਕਦੇ 44-52-100 ਨਹੀਂ ਪਹੁੰਚੇ। ਇਸ ਵਾਰ ਬੜੇ ਖੁਸ਼ ਹੈ ਕਿ ਅਸੀਂ BJP ਨੂੰ 272 ਤੋਂ ਪਹਿਲਾਂ ਰੋਕ ਲਿਆ। ਮੈਂ ਇੱਕ ਚੀਜ਼ ਇੱਥੇ ਦੱਸਣਾ ਚਾਹੁੰਦਾ ਕਿ ਮੈਨੂੰ ਰਾਹੁਲ ਗਾਂਧੀ ਦੇ ਨਾਲ ਰਹਿਣ ਦਾ ਬਹੁਤ ਮੌਕਾ ਮਿਲਿਆ, ਬਹੁਤ ਜ਼ਿਆਦਾ। ਉਹ ਬੰਦੇ ਦੀ ਸੋਚ ਹੀ ਕੁਛ ਹੋਰ ਆ। ਉਹ ਕੰਟਰੀ ਨੂੰ ਇੱਕ ਅੱਗੇ ਲੈ ਕੇ ਜਾਣਾ ਚਾਹੁੰਦਾ। ਉਹ ਇਲੈਕਸ਼ਨ ਲੁਕਸ਼ਨ ਵਾਲੇ ਕੰਮ ਜਿਹਨੂੰ ਪੈਂਦਾ, ਕਹਿੰਦਾ ਕਿ ਦੇਸ਼ ਬਚੇਗਾ ਅਤੇ ਪੋਲੀਟੀਕਲ ਪਾਰਟੀਆਂ ਬਚਣਗੀਆਂ ਜੀ। ਇੱਕ ਤਾਂ ਉਹਦੇ ਤੁਸੀਂ ਕਿਤੇ ਉਹਦੀ ਸਪੀਚ ਸੁਣ ਲਓ, ਕਦੇ ਝੂਠ ਨਹੀਂ ਬੋਲਦਾ, ਕਿਤੇ ਉਹਨੇ ਇਹੋ ਜਿਹੇ ਨਹੀਂ ਲਾਰੇ ਲਾਏ। ਉਹਨੇ ਜੇ ਕਿਹਾ ਕਿ ਨਿਆਏ ਗਰੰਟੀ, ਉਹਨੇ ਕਿਹਾ ਕਿਸਾਨ ਲਈ MSP ਇਹ ਸਾਡਾ ਰਾਈਟ ਬਣਦਾ। ਉਹਨੇ ਜੇ ਕਿਹਾ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ 1 ਸਾਲ ਉਹਨਾਂ ਦਾ ਰਾਈਟ ਬਣਦਾ, ਜੇ ਨਹੀਂ ਦੇਵਾਂਗੇ ਉਹ ਨਹੀਂ ਟਿਕਣਗੇ। ਹਿੰਦੁਸਤਾਨ ਦੀ ਇਹ ਚੀਜ਼ ਹੋ ਗਿਆ ਕਿ ਅਸੀਂ ਆਪਣਾ ਯੂਥ ਨਾਰਾਜ਼ ਕਰ ਰਹੇ ਹਾਂ ਜੀ, ਉਹਨਾਂ ਦਾ ਫਿਊਚਰ ਹੀ ਹੈ ਨਹੀਂ। ਤੁਸੀਂ ਪੰਜਾਬ 'ਚ ਨਿਕਲ ਜਾਓ, ਦੁੱਖ ਆਉਂਦਾ ਯਾਰ। ਪਿੰਡਾਂ ਦੇ ਵਿੱਚ ਸਾਡੀਆਂ 100-100 ਵੋਟ ਘੱਟ ਗਈ ਆ ਜਿਹੜੀ। ਅੱਜ ਕਿ ਮੈਂ ਕਈਆਂ ਲੋਕਾਂ ਨੂੰ ਪੁੱਛਿਆ, ਮੈਂ ਤੇਰੇ ਪਿੰਡ ਦੀ ਵੋਟਾਂ ਕਿਉਂ ਘੱਟ ਗਈਆਂ? ਕਦੇ ਜੇ ਮੁੰਡੇ ਹੀ ਚਲੇ ਗਏ, ਆ 50 ਮੁੰਡੇ ਚਲੇ ਗਏ, 60 ਚਲੇ ਗਏ, 70 ਚਲੇ ਗਏ, ਉਹੀ ਵੋਟਾਂ ਨਹੀਂ ਆਈਆਂ। ਅਤੇ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੋਣੀ ਬਾਹਰਲੀ, ਇਹ ਪੰਜਾਬ ਲਈ ਬੜੀ ਖਤਰਨਾਕ ਹੈ। ਸਕੂਲ ਚੰਗੇ ਹੈ ਨਹੀਂ, ਮੈਂ ਕੱਲ੍ਹ ਵੀ ਬੋਲਦਿਆਂ ਉੱਥੇ ਕਿਹਾ, ਕਹਿੰਦੇ ਜੀ ਗਲੀ ਹੈ ਨਹੀਂ। ਉਹ ਮੈਂ ਕਹੋ ਬੱਸ ਕਰੋ, ਜਿਹੜਾ MPLAD ਫੰਡ ਮਿਲਣਾ, ਇਹ ਡੈਸਕ ਦੀ ਗੱਲ ਕਰੋ ਕਿ ਸਾਡੇ ਸਰਕਾਰੀ ਸਕੂਲ 'ਚ ਡੈਸਕ ਚੰਗੇ ਭੇਜੋ ਕਿ ਪ੍ਰਾਈਵੇਟ ਸਕੂਲਾਂ 'ਚੋਂ ਨਿਕਲ ਕੇ ਬੱਚੇ ਸਰਕਾਰੀ ਸਕੂਲ 'ਚ ਆਉਣ। ਮੈਮ ਮੇਰੇ ਕੋਲ ਮੰਗੋ ਪੈਸੇ ਕਿ ਪਿੰਡ 'ਚ ਡਿਸਪੈਂਸਰੀ ਹੈ ਨਹੀਂ, ਸਾਨੂੰ ਬਿਲਡਿੰਗ ਬਣਾ ਕੇ ਦੇ ਅਤੇ ਗੌਰਮੈਂਟ ਕੋਲੋਂ ਡਿਮਾਂਡ ਰੱਖ। ਇਸ਼ੂ ਬੇਸਡ ਜਿਹੜੀਆਂ ਗੱਲਾਂ ਨੇ ਉਹ ਕਰਨੀਆਂ ਪੈਣਗੀਆਂ, ਤਾਂ ਦੇਸ਼ ਤਰੱਕੀ ਕਰੇਗਾ। ਜੇ ਪੰਜਾਬ 'ਚ ਇੰਡਸਟਰੀਲਾਈਜੇਸ਼ਨ ਨਹੀਂ ਹੁੰਦੀ, ਪੰਜਾਬ 'ਚ ਬੇਰੁਜ਼ਗਾਰੀ ਖਤਮ ਨਹੀਂ ਹੋਣੀ। ਰੰਧਾਵਾ ਸਾਹਿਬ, ਆਪਾਂ ਆਪਣੀ ਗੱਲਬਾਤ ਨੂੰ ਅੱਜ ਇੱਥੇ ਹੀ ਰੋਕਾਂਗੇ। ਮੈਨੂੰ ਲੱਗਦਾ ਬਹੁਤ ਸਾਰੇ ਟੋਪਿਕਸ ਹੁੰਦੇ ਨੇ, ਸ਼ਾਇਦ ਉਹਨਾਂ ਦੇ ਵਿੱਚੋਂ ਕੋਈ ਰਹਿ ਵੀ ਗਿਆ ਹੋਵੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਵਾਰੀ ਜ਼ਰੂਰ ਟੀਮ ਨੂੰ ਕਹਾਂਗਾ ਕਿ ਤਾੜੀਆਂ ਦੇ ਨਾਲ ਅਸੀਂ ਜ਼ਰੂਰ ਧੰਨਵਾਦ ਕਰੀਏ। ਸ਼ੁਕਰੀਆ ਬਹੁਤ ਬਹੁਤ, ਕਿਉਂਕਿ ਅਗਲੇ 5 ਸਾਲ ਦਾ ਇੱਕ ਟਾਸਕ ਹੈ ਬਤੌਰ MP ਤੁਹਾਡੇ ਕੋਲ, ਔਰ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਮੁੱਦੇ ਆ ਉੱਥੇ ਗੂੰਜਣਗੇ ਤੁਹਾਡੀ ਜ਼ੁਬਾਨ ਦੇ ਜ਼ਰੀਏ ਵੀ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਮਿਲਿਆ ਕਰਾਂਗੇ, ਪੰਜਾਬ 'ਚ ਵੀ ਮਿਲਾਂਗੇ। ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ। ਤਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਖਾਤੇ ਦੇ ਵਿੱਚ 7 ਸੀਟਾਂ ਪਾਈਆਂ ਨੇ। ਉਹਨਾਂ ਦੇ ਵਿੱਚੋਂ ਇੱਕ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਬਹੁਤ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਨੇ ਬੇਬਾਕੀ ਨਾਲ ਦਿੱਤੇ। ਦੇਖਣਾ ਹੋਵੇਗਾ ਕਿ ਲੋਕ ਸਭਾ ਦੇ ਵਿੱਚ ਪੰਜਾਬ ਨੂੰ ਲੈ ਕੇ ਉਹਨਾਂ ਦਾ ਅੱਗੇ ਰੋਡ ਮੈਪ ਪਲਾਨ ਰਹਿੰਦਾ ਕੀ ਹੈ। ਨਿਊਜ਼ ਰੂਮ ਕਟਹਿਰਾ ਦੇ ਵਿੱਚ ਫਿਲਹਾਲ ਦੇ ਲਈ ਮੈਨੂੰ ਅਤੇ ਮੇਰੀ ਪੂਰੀ ਟੀਮ ਨੂੰ ਇਜਾਜ਼ਤ ਦਿਓ। ਧੰਨਵਾਦ।